ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਫ ਸਟੱਡੀ ਦੇ ਵਿੱਚ ਸੋ ਹਾਜ਼ਰਾਂ ਤੁਹਾਡੇ ਲਈ ਆਪਣੀ ਅੱਜ ਦੀ ਕਲਾਸ ਲੈ ਕੇ ਕੁਆਂਟੀਟੇਟਿਵ ਐਬਿਟਿਊਡ ਐਂਡ ਨੰਮਰਿਕਲ ਸਕਿਲਸ ਦੀ ਆਪਣੀ ਡੇਲੀ ਕਲਾਸ ਹੁੰਦੀ ਹੈਗੀ ਮੈਥਮੈਟਿਕਸ ਇਨ ਪੰਜਾਬੀ ਮਤਲਬ ਪੰਜਾਬੀ ਦੇ ਵਿੱਚ ਆਪਣਾ ਮੈਥ ਦੀ ਕਲਾਸ ਹੁੰਦੀ ਹੈ ਡੇਲੀ ਪੰਜਾਬ ਪੁਲਿਸ ਦੀ ਜਿਹੜੇ ਸਟੂਡੈਂਟ ਤਿਆਰੀ ਕਰ ਰਹੇ ਨੇ ਉਹਨਾਂ ਵਾਸਤੇ ਸਪੈਸ਼ਲ ਕਲਾਸ ਹੁੰਦੀ ਹੈਗੀ ਆਪਣੀ ਹਰ ਰੋਜ਼ ਸਵੇਰੇ 10 ਵਜੇ ਆਪਾਂ ਨੇ ਸਲੇਵਸ ਸਟਾਰਟ ਕੀਤਾ ਹੋਇਆ ਹੈਗਾ ਪੰਜਾਬ ਪੁਲਿਸ ਦਾ ਮਿਸ਼ਨ ਪੰਜਾਬ ਪੁਲਿਸ 2021 ਨਾਮ ਦਾ ਆਪਾਂ ਇੱਕ ਬੈਚ ਸਟਾਰਟ ਕੀਤਾ ਹੋਇਆ ਹੈ ਜੋ ਕਿ ਬਿਲਕੁਲ ਫਰੀਏਗਾ ਤੇ ਇਸ ਦੀ ਕੋਈ ਵੀ ਕੋਸਟ ਨਹੀਂ ਹੈ ਮਤਲਬ ਕਿ ਕੋਈ ਵੀ ਬੱਚਾ ਆਪਣੇ ਇਸ YouTube ਚੈਨਲ ਦੇ ਨਾਲ ਜੁੜ ਕੇ ਫਰੀ ਦੇ ਵਿੱਚ ਤਿਆਰੀ ਕਰ ਸਕਦਾ ਹੈ ਠੀਕ ਹੈ ਜੀ ਤੇ ਜੋ ਵੀ ਆਪਾਂ ਤਿਆਰੀ ਕਰਵਾਨੇ ਆ ਉਸ ਤੇ ਨਾਲ ਸੰਬੰਧਿਤ ਤੁਹਾਨੂੰ PDF ਜਾਂ ਕੋਈ ਵੀ ਅਪਡੇਟ ਡੇਲੀ ਆਉਂਦੀ ਹੈਗੀ ਉਸ ਤੇ ਨਾਲ ਸੰਬੰਧਿਤ ਤੁਹਾਨੂੰ ਸੂਚਨਾ ਦੇਣ ਲਈ ਆਪਾਂ ਨੇ ਇੱਕ Telegram ਚੈਨਲ ਬਣਾਇਆ ਉਸ ਦੇ ਵਿੱਚ ਤੁਹਾਨੂੰ ਆਪਣੀ ਵੀਡੀਓਜ਼ ਦਾ ਲਿੰਕ ਵੀ ਮਿਲੇਗਾ ਇਹ ਟੈਲੀਗ੍ਰam ਚੈਨਲ ਦਾ ਲਿੰਕ ਹੈਗਾ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਇੱਥੋਂ ਜਾ ਕੇ ਆਪਣੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਹਰ ਇੱਕ ਜੋ ਵੀ ਕੋਈ ਨੋਟੀਫਿਕੇਸ਼ਨ ਆਉਂਦੀ ਹੈ ਉਹ ਤੁਹਾਨੂੰ ਮਿਲਦੀ ਰਹੇਗੀ ਤੇ ਆਪਾਂ ਜੋ ਪੰਜਾਬ ਪੁਲਿਸ ਦਾ ਬੈਚ ਸਟਾਰਟ ਕੀਤਾ ਹੈਗਾ ਤਿਆਰੀ ਕਰਵਾਉਣ ਦੇ ਵਾਸਤੇ ਆਪਾਂ ਮੈਥ ਦਾ ਜੋ ਸਾਰਾ ਸਿਲੇਬਸ ਹੋਏਗਾ ਉਸ ਨੂੰ ਆਪਾਂ ਇੱਕ ਇੱਕ ਕਲਾਸ ਕਲਾ ਕਲਾ ਜੋ ਉਸ ਦਾ ਵੀ ਚੈਪਟਰ ਹੋਏਗਾ ਉਸ ਨੂੰ ਆਪਾਂ ਸਾਰਾ ਕੰਪਲੀਟ ਕਰਵਾਨੇਗਾ ਅੱਜ ਆਪਣੀ ਕੈਮੀ ਕਲਾਸ ਹੈਗੀ ਇਸ ਦੀ ਮੈਥਮੈਟਿਕਸ ਦੀ ਸਿੰਪਲੀਫਿਕੇਸ਼ਨ ਆਪਣਾ ਚੈਪਟਰ ਸਟਾਰਟ ਕੀਤਾ ਹੋਇਆ ਹੈਗਾ ਜਿਹੜਾ ਨੋਟੀਫਿਕੇਸ਼ਨ ਸੀਗਾ ਉਸ ਦੇ ਵਿੱਚ ਸਿੰਪਲੀਫਿਕੇਸ਼ਨ ਪਹਿਲਾ ਚੈਪਟਰ ਦਿੱਤਾ ਹੋਇਆ ਸੀਗਾ ਸੋ ਆਪਾਂ ਨੇ ਉੱਥੋਂ ਸਟਾਰਟ ਕੀਤਾ ਹੋਇਆ ਮੈਥ ਠੀਕ ਹੈ ਜੀ ਤੇ ਤੁਹਾਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਕਲਾਸਾਂ ਤੁਹਾਨੂੰ ਡੇਲੀ ਮਿਲਦੀਆਂ ਰਹਿਣਗੀਆਂ ਮੈਥਮੈਟਿਕਸ ਤੋਂ ਬਿਨਾਂ ਆਪਾਂ ਨੇ ਪੰਜਾਬ ਜੀਕੇ ਵੀ ਸਟਾਰਟ ਕੀਤੀ ਹੋਈ ਹੈ ਉਸ ਦੀਆਂ 24 ਕਲਾਸਾਂ ਲਗਭਗ ਹੋ ਚੁੱਕੀਆਂ ਨੇ ਉਹ ਵੀ ਪੰਜਾਬ ਪੁਲਿਸ ਦੇ ਵਾਸਤੇ ਸਪੈਸ਼ਲ ਕਲਾਸਾਂ ਨੇ ਹੋਰ ਸਬਜੈਕਟਾਂ ਦੇ ਵਿੱਚ ਵੀ ਤੁਹਾਨੂੰ ਕੰਮ ਆਉਣਗੀਆਂ ਵੈਸੇ ਪਰ ਪੰਜਾਬ ਪੁਲਿਸ ਦੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਇਹ ਕਲਾਸਾਂ ਦੇਖ ਲੈਣੀਆਂ ਚਾਹੀਦੀਆਂ ਨੇ ਪੰਜਾਬ ਦਾ ਸਾਰਾ ਆਪਾਂ ਸਿਲੇਬਸ ਕਵਰ ਕਰਾਂਗੇ ਪੰਜਾਬ ਪੁਲਿਸ ਦੇ ਵਾਸਤੇ ਹੈਗਾ ਜਿਹੜਾ ਠੀਕ ਹੈ ਜੀ ਤਾਂ ਆਪਣੇ ਦੋਸਤਾਂ ਦੇ ਨਾਲ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਹੋਣੇ ਵੀਡੀਓ ਨੂੰ ਜ਼ਰੂਰ ਲਾਈਕ ਕਰੋ ਤੁਸੀਂ ਠੀਕ ਹੈ ਜੀ ਤਾਂ ਦੇਖੋ ਅੱਗੇ ਆਹਾ ਸਿਲੇਬਸ ਆਇਆ ਸੀਗਾ ਜਿਹੜਾ ਇਹਦੇ ਵਿੱਚੋਂ ਆਪਾਂ ਨੇ ਪਹਿਲਾ ਚੈਪਟਰ ਇਹ ਸਿੰਪਲੀਫਿਕੇਸ਼ਨ ਸਟਾਰਟ ਕੀਤਾ ਹੋਇਆ ਹੈ गाइस ਤੋਂ ਬਾਅਦ ਵਾਲੇ ਆਪਾਂ ਫਿਰ ਕਰਾਂਗੇ ਇਸ ਨੂੰ ਕੰਪਲੀਟ ਕਰੀਏ ਪਹਿਲਾਂ ਠੀਕ ਹੈ ਜੀ ਇਸ ਦੀ ਆਪਣੀ ਛੇਵੀਂ ਕਲਾਸ ਹੈਗੀ ਸਿੰਪਲੀਫਿਕੇਸ਼ਨ ਦੀ ਲਗਾਤਾਰ 6 ਦਿਨ ਹੋ ਗਏ ਨੇ ਆਪਾਂ ਨੂੰ ਸੋ ਜੇਕਰ ਇਸ ਕਲਾਸ ਦੇ ਜਰੀਏ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਦੇ ਨਾਲ ਜੁੜ ਰਹੇ ਹੋ ਤਾਂ ਪਿਛਲੀਆਂ ਕਲਾਸਾਂ ਨੂੰ ਵੀ ਜ਼ਰੂਰ ਦੇਖ ਲੈਣਾ ਕਿਉਂਕਿ ਆਪਾਂ ਇੱਕ ਸੀਕੁਐਂਸ ਵਾਈਜ਼ ਕਰਵਾ ਰਹੇ ਹਾਂ ਤੇ ਜਿਵੇਂ ਕਹਾਣੀ ਹੁੰਦੀ ਹੈਗੀ ਆਪਾਂ ਕਹਿੰਦੇ ਹੁੰਨੇ ਆ ਉਸਦੇ ਅਲੱਗ-ਅਲੱਗ ਪਾਰਟ ਹੁੰਦੇ ਨੇ ਜੇਕਰ ਆਪਾਂ ਨੇ ਪਹਿਲੇ ਪਾਰਟ ਦੇਖੇ ਹੋਣਗੇ ਉਸ ਤੇ ਤਾਂ ਹੀ ਆਪਾਂ ਨੂੰ ਐਂਡ ਸਮਝ ਆਏਗਾ ਉਸ ਦਾ ਇਸੇ ਤਰ੍ਹਾਂ ਹੀ ਮੈਥਮੈਟਿਕਸ ਦਾ ਆਪਣਾ ਜੋ ਸਟਾਰਟ ਕੀਤਾ ਹੋਇਆਗਾ ਪਹਿਲੀ ਕਲਾਸ ਤੋਂ ਤੁਸੀਂ ਉਹ ਦੇਖਣਾ ਸਟਾਰਟ ਕਰਨੇਗਾ ਤਾਂ ਹੀ ਇੱਥੋਂ ਤੱਕ ਪਹੁੰਚੋਗੇ ਤੇ ਤੁਹਾਨੂੰ ਸਮਝ ਆਏਗਾ ਠੀਕ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਭਿੰਨਾਂ ਦੇ ਬਾਰੇ ਇੰਗਲਿਸ਼ ਦੇ ਵਿੱਚ ਇਸ ਨੂੰ ਕਹਿੰਦੇ ਨੇ ਫ੍ਰੈਕਸ਼ਨ ਠੀਕ ਹੈ ਜੀ ਹਾਂ ਭਿੰਨਾਂ ਦਾ ਤੁਹਾਨੂੰ ਪਤਾ ਹੈ ਫ੍ਰੈਕਸ਼ਨ ਇਹ ਚੀਜ਼ਾਂ ਵੀ ਤੁਸੀਂ ਤੁਹਾਨੂੰ ਯਾਦ ਕਰ ਲੈਣੀਆਂ ਚਾਹੀਦੀਆਂ ਨੇ ਇੰਗਲਿਸ਼ ਦੇ ਵਿੱਚ ਜੋ ਇਹਨਾਂ ਦੇ ਨਾਮ ਹੁੰਦੇ ਨੇ ਪਿੰਨਾਂ ਦੇ ਬਾਰੇ ਆਪਾਂ ਬੇਸਿਕ ਕਰਾਂਗੇ ਬਿਲਕੁਲ ਬੇਸਿਕ ਕਿੱਥੋਂ ਸਟਾਰਟ ਹੁੰਦਾ ਹੈਗਾ ਸਭ ਕੁਝ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਜੋੜ ਘਟਾ ਗੁਣਾ ਵੰਡ ਕਰਨਾ ਸਿੱਖਾਂਗੇ ਤੇ ਕੱਲ ਦੀ ਕਲਾਸ ਦੇ ਵਿੱਚ ਜੋ ਆਪਣਾ ਕੰਮ ਰਹੇਗਾ ਉਹ ਆਪਾਂ ਉਹਨਾਂ ਦੇ ਵਿੱਚ ਤੁਲਨਾ ਕਰਾਂਗੇ ਪਿੰਨਾਂ ਦੇ ਵਿੱਚ ਮੰਨ ਲਓ ਆਪਾਂ ਨੂੰ 3/4 ਦਿੱਤਾ ਹੋਇਆ ਤੇ ਅੱਗੇ ਆਪਾਂ ਨੂੰ ਦਿੱਤਾ ਗਿਆ ਹੈਗਾ 5/6 ਇਹਨਾਂ ਦੇ ਵਿੱਚੋਂ ਦੱਸਣਾ ਹੋਏਗਾ ਵੀ ਕਿਹੜਾ ਵੱਡਾ ਹੈਗਾ ਠੀਕ ਹੈ ਜੀ ਤੇ ਅੱਜ ਆਪਾਂ ਕੀ ਕਰਾਂਗੇ ਇਹਨਾਂ ਦਾ ਜੋੜ ਕਰਾਂਗੇ ਟਾ ਕਰਾਂਗੇ ਗੁਣਾ ਕਰਾਂਗੇ ਤੇ ਭਾਗ ਕਰਾਂਗੇ ਇਹ ਚੀਜ਼ਾਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ ਤੇ ਤੁਹਾਨੂੰ ਸਭ ਤੋਂ ਪਹਿਲਾਂ ਪਿੰਨਾ ਕੀ ਹੁੰਦੀਆਂ ਹਨ ਇੱਥੋਂ ਆਪਣੀ ਕਲਾਸ ਸਟਾਰਟ ਹੋਵੇਗੀ ਸੋ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਜੋ ਬੈਲ ਆਈਕਨ ਦਿਖਾਈ ਦੇਵੇਗਾ ਉਸ ਨੂੰ ਵੀ ਤੁਸੀਂ ਨੇ ਪ੍ਰੈਸ ਕਰ ਲੈਣਾ ਤੇ ਆਪਣੇ ਦੋਸਤਾਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਜੀ ਤਾਂ ਦੇਖੋ ਆਪਾਂ ਕਲਾਸ ਕਰਦੇ ਹਾਂ ਸਟਾਰਟ ਪਿੰਨਾ ਪਿੰਨਾ ਕੀ ਹੁੰਦੀਆਂ ਨੇ ਜਿਵੇਂ ਕਿ ਆਪਾਂ ਨੂੰ ਮੰਨ ਲਓ ਕੋਈ ਚੀਜ਼ ਦਿੱਤੀ ਗਈ ਹੈ ਕਿ ਉਸ ਤੇ ਆਪਾਂ ਅਲੱਗ-ਅਲੱਗ ਟੁਕੜੇ ਬਣਾ ਲੈਣੇ ਆ ਕੋਈ ਵੀ ਮੰਨ ਲਓ ਆਪਾਂ ਖਾਣ ਵਾਸਤੇ ਆਪਾਂ ਨੂੰ ਕੋਈ ਚੀਜ਼ ਦਿੱਤੀ ਜਾਂਦੀ ਹੈ ਕਿ ਮੰਨ ਲਓ ਕਿ ਆਪਾਂ ਨੂੰ ਇੱਕ ਸੰਤਰਾ ਦਿੱਤਾ ਜਾਂਦਾ ਹੈਗਾ ਠੀਕ ਹੈ ਜੀ ਤੇ ਉਸ ਦੇ ਵਿੱਚ ਜੋ ਅਲੱਗ-ਅਲੱਗ ਫਾੜੀਆਂ ਹੁੰਦੀਆਂ ਨੇ ਉਸ ਦੀਆਂ ਪੀਸ ਹੁੰਦੇ ਨੇ ਅਲੱਗ-ਅਲੱਗ ਉਹ ਉਸ ਤੇ ਦੇਖੋ ਕਿੰਨੇ ਟੁਕੜੇ ਬਣ ਜਾਂਦੇ ਨੇ ਮਤਲਬ ਕਿ ਉਸ ਦੇ ਇੰਨੇ ਪਾਰਟ ਹੁੰਦੇ ਨੇ ਤਾਂ ਉਸ ਦੀਆਂ ਉਸ ਨੂੰ ਆਪਾਂ ਪਿੰਨਾ ਦੇ ਵਿੱਚ ਲਿਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਉੱਪਰ ਵੱਡੀ ਉਹ ਚੀਜ਼ ਸੀ ਇੱਕ ਚੀਜ਼ ਉਸਦੇ ਕਿੰਨੇ ਟੁਕੜੇ ਬਣਾਤੇ ਉਸ ਨੂੰ ਆਪਾਂ نیچے ਲਿਖਾਂਗੇ ਠੀਕ ਹੈ ਜੀ ਤੇ ਦੇਖੋ ਪਿੰਨਾ ਨੂੰ ਲਿਖਣ ਵਾਸਤੇ बटे ਦੀ ਵਰਤੋਂ ਕੀਤੀ ਜਾਂਦੀ ਹੈਗੀ ਉੱਪਰ ਹੁੰਦਾ ਹੈਗਾ ਅੰਸ਼ ਤੇ نیچے ਹੁੰਦਾ ਹੈਗਾ ਹਰ ਅੰਸ਼ ਤੇ ਹਰ ਦੇ ਰੂਪ ਦੇ ਵਿੱਚ ਇਸ ਨੂੰ ਦਿਖਾਇਆ ਜਾਂਦਾ ਹੈਗਾ ਅੰਸ਼ ਹੁੰਦਾ ਹੈਗਾ ਕੋਈ ਚੀਜ਼ ਮੰਨ ਲਓ ਕਿ ਆਪਾਂ ਨੂੰ ਦੇਖੋ ਇੱਕ ਸਕੁਅਰ ਦਿੱਤਾ ਹੈਗਾ ਠੀਕ ਹੈ ਜੀ ਵਰਗ ਦਿੱਤਾ ਹੈਗਾ ਆਪਾਂ ਨੂੰ ਕੋਈ ਆਪਾਂ ਇਸ ਤੇ ਦੋ ਪਾਰਟ ਬਣਾਤੇ ਆਪਾਂ ਇਸ ਤੇ ਦੋ ਪਾਰਟ ਬਣਾਤੇ ਦੇਖੋ ਪੂਰਾ ਸਕੁਅਰ ਸੀਗਾ ਜਿਹੜਾ ਕਿੰਨੇ ਸਕੁਅਰ ਸੀਗੇ ਇੱਕ ਸਕੁਅਰ ਸੀਗਾ ਤਾਂ ਉੱਪਰ ਇੱਕ ਲਿਖ ਲਿਆ ਆਪਾਂ ਨੇ ਠੀਕ ਹੈ ਜੀ ਇੱਕ ਸਕੁਅਰ ਸੀਗਾ ਆਪਾਂ ਨੇ ਇਹ ਇੱਕ ਲਿਖ ਲਿਆ ਤੇ ਕਿੰਨੇ ਟੁਕੜੇ ਬਣਾਤੇ ਦੇਖੋ ਇੱਕ ਟੁਕੜਾ ਤਾਂ ਇਹ ਵਾਲਾ ਬਣ ਗਿਆ ਤੇ ਇੱਕ ਟੁਕੜਾ ਇਹ ਵਾਲਾ ਬਣ ਗਿਆ ਕਿੰਨੇ ਟੁਕੜੇ ਬਣਾਤੇ ਆਪਾਂ ਨੇ ਦੋ ਟੁਕੜੇ ਇਸ ਤਰ੍ਹਾਂ ਆਪਾਂ ਨੇ ਲਿਖਣਾ ਹੈਗਾ ਇੱਕ ਚੀਜ਼ ਦੇ ਦੋ ਟੁਕੜੇ ਬਣਾਤੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਇਸ ਨੂੰ ਲਿਖਣਾ ਹੈਗਾ ਫ੍ਰੈਕਸ਼ਨਸ ਹੁੰਦੀਆਂ ਕਿਹਨੇ ਦੇਖੋ ਕੋਈ ਵੀ ਚੀਜ਼ ਨੂੰ ਇਸ ਤਰ੍ਹਾਂ ਪਟੇ ਦੇ ਵਿੱਚ ਦਰਸਾਉਣਾ ਇਹ ਚੀਜ਼ਾਂ ਫ੍ਰੈਕਸ਼ਨ ਨਹੀਂਆਂ ਮਤਲਬ ਕਿ ਇਹਨਾਂ ਦੀ ਵੈਲਿਊ ਦੇਖੋ ਆਪਾਂ ਇਹਨਾਂ ਨੂੰ ਵੰਡ ਕਰਕੇ ਇਹਨਾਂ ਦੀ ਵੈਲਿਊ ਪਤਾ ਕਰ ਸਕਦੇ ਹਾਂ ਉੱਪਰਲੀ ਜਿਹੜੀ ਸੰਖਿਆ ਹੋਏਗੀ ਉਸ ਨੂੰ ਵਿੱਚ ਲਿਖਣਾ ਹੈਗਾ ਇਹ ਸਾਨੂੰ ਇੱਥੇ ਦੋ ਨੂੰ ਬਾਹਰ ਤਾਂ ਆਪਾਂ ਇਸ ਦਾ ਭਾਗ ਕਰ ਲੈਣਾ ਹੈਗਾ ਇਸ ਤਰ੍ਹਾਂ ਇਸ ਨੂੰ ਤੁਸੀਂ ਸੋਲਵ ਵੀ ਕਰ ਸਕਦੇ ਹੋ ਦੇਖੋ ਤੇ ਮੰਨ ਲਓ ਆਪਾਂ ਨੂੰ ਇੱਕ ਕੋਈ ਵੀ ਚੀਜ਼ ਦਿੱਤੀ ਹੈਗੀ ਆਪਾਂ ਉਸ ਦੇ ਕਿੰਨੇ ਟੁਕੜੇ ਕਰ ਸਕਦੇ ਹਾਂ ਉਸ ਨੂੰ ਫ੍ਰੈਕਸ਼ਨ ਕਹਿੰਦੇ ਨੇ ਮਤਲਬ ਕਿ ਕੋਈ ਵੀ ਸੰਖਿਆ ਨੂੰ ਪੀ/ਕਿਊ ਦੀ ਫਾਰਮ ਦੇ ਵਿੱਚ ਲਿਖਣਾ ਹੈਗਾ ਪੀ/ਕਿਊ ਪੀ/ਕਿਊ ਪਰ ਧਿਆਨ ਕੀ ਰੱਖਣਾ ਹੈਗਾ ਜਿਹੜੀ ਕਿਊ ਹੈਗੀ ਉਹ ਜ਼ੀਰੋ ਨਹੀਂ ਹੋਣੀ ਚਾਹੀਦੀ ਜਿਹੜੀ ਕਿਊ ਹੈਗੀ ਉਹ ਜ਼ੀਰੋ ਨਹੀਂ ਹੋਣੀ ਚਾਹੀਦੀ ਤੇ ਇੱਕ ਗੱਲ ਹੋਰ ਤੁਹਾਨੂੰ ਇਹ ਵੀ ਇੰਗਲਿਸ਼ ਦੇ ਵਿੱਚ ਦੇਖੋ ਦੱਸਣਾ ਹੈਗਾ ਇਹਨੂੰ ਨਿਊਮਿਨੇਟਰ ਕਹਿੰਦੇ ਨੇ ਇਹਨੂੰ ਨੀਚੇ ਵਾਲੇ ਨੂੰ ਡਿਨੋਮੀਨੇਟਰ ਕਹਿੰਦੇ ਨੇ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਨੇ ਯਾਦ ਰੱਖਣੀਆਂ ਨੇ ਇੰਗਲਿਸ਼ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਤਾਂ ਤੁਸੀਂ ਯਾਦ ਕਰ ਹੀ ਲਾਉਂਗੇ ਦੇਖੋ ਮੰਨ ਲਓ ਕਿ ਆਪਾਂ ਨੂੰ ਇੱਕ ਚੱਕਰ ਦਿੱਤਾ ਹੈਗਾ ਇਹ ਠੀਕ ਹੈ ਜੀ ਚੱਕਰ ਕਿੰਨੇ ਚੱਕਰ ਦਿੱਤੇ ਨੇ ਆਪਾਂ ਨੂੰ ਦੇਖੋ ਇੱਕ ਚੱਕਰ ਦਿੱਤਾ ਹੈ ਇੱਕ ਲਿਖ ਲਾਂਗੇ ਆਪਾਂ ਤੇ ਇਸ ਚੱਕਰ ਦੇ ਦੇਖੋ ਆਪਾਂ ਨੂੰ ਕਿੰਨੇ ਭਾਗ ਕੀਤੇ ਹੋਏ ਨੇ ਇਹਨਾਂ ਨੇ ਦੋ ਭਾਗ ਕਰ ਤੇ ਵਿਚਾਲੇ ਦੀ ਲਾਈਨ ਮਾਰਤੀ ਕਿੰਨੇ ਭਾਗ ਬਣਾਤੇ ਦੋ ਭਾਗ ਬਣਾਤੇ ਤਾਂ ਇਹ 1/2 ਜਿਹੜਾ ਆਪਾਂ ਮਤਲਬ ਕਿ ਆਪ ਭਾਅਟ ਆਪਾਂ ਪਤਾ ਕਰਨ ਦੇ ਵਾਸਤੇ ਕੀ ਹੈਗਾ ਵੀ ਤੁਸੀਂ ਆਹ ਪਾੜ ਦੱਸੋ ਕਿੰਨਾ 1/2 ਹੈਗਾ 1/2 ਦੀ ਦੇਖੋ ਪਹਿਲੀ ਗੱਲ ਤਾਂ ਆਪਾਂ ਭਾਗ ਕਰਕੇ ਦਿਖਾਣੇ ਆ ਤੁਹਾਨੂੰ 1 ਵਿੱਚ ਲਿਖ ਲਿਆ 2 ਬਾਹਰ ਲਿਖ ਲਿਆ ਠੀਕ ਹੈ ਜੀ ਪਹਿਲਾਂ ਆਪਾਂ ਇਸ ਨੂੰ ਜਦੋਂ ਭਾਗ ਕਰਾਂਗੇ ਦੇਖੋ ਜਾਂ ਤਾਂ ਆਪਾਂ ਇੱਥੇ ਜ਼ੀਰੋ ਲਿਖ ਲੈਣੇ ਹੁੰਨੇ ਆ ਉੱਪਰ ਜ਼ੀਰੋ ਪੁਆਇੰਟ ਕਰ ਲਾਂਗੇ ਪੁਆਇੰਟ ਲਾ ਲਿਆਂਗੇ ਇੱਥੇ ਜ਼ੀਰੋ ਲਿਖ ਲਾਂਗੇ 5 ਤੇ ਚੱਲੋ 5 ਦੋਣੀ 10 ਤਾਂ ਅੱਗੇ ਆਪਣੀ ਕਾਟੀ ਵੱਲ ਜਾਂਦੀ ਹੈ ਕਿ ਨੀਚੇ ਜਾਂ ਫਿਰ ਦੇਖੋ ਤੁਸੀਂ ਕਿਵੇਂ ਕਰਦੇ ਹੁੰਨੇ ਹੋ 1 ਦੇ نیچے 0 ਲਾ ਕੇ ਆਪਾਂ ਕਰਦੇ ਹੁੰਨੇ ਆ ਇਸ ਤਰ੍ਹਾਂ ਪੁਆਇੰਟ ਲਾ ਲੈਣੇ ਹੁੰਨੇ ਆ ਠੀਕ ਹੈ ਇੱਥੇ ਆਪਾਂ 10 ਬਣਾ ਕੇ ਪੁਆਇੰਟ ਲਾ ਲਏ ਇੱਥੇ ਤਾਂ ਇੱਥੇ ਫਿਰ 2 ਦੇ ਪਹਾੜੇ ਚ 5 ਤੇ ਜਾਊਗਾ ਇਸ ਤਰ੍ਹਾਂ ਆਪਾਂ ਇਸ ਨੂੰ ਸੋਲਵ ਕਰ ਲੈਣੇਗਾ ਜਿਵੇਂ ਵੀ ਮਤਲਬ ਕਿ ਤੁਹਾਨੂੰ ਤੁਸੀਂ ਨੇ ਵੰਡ ਸਿੱਖੀ ਹੋਈ ਆ ਉਸ ਤਰ੍ਹਾਂ ਤੁਸੀਂ ਇਸ ਨੂੰ ਕਰ ਲੈਣੇਗਾ ਮਤਲਬ ਕਿ ਆਪਣਾ 0.5 ਆ ਗਿਆ ਦੇਖੋ ਇੱਥੇ 0.5 ਆ ਗਿਆ 0.5 ਦਾ ਮਤਲਬ ਕੀ ਹੁੰਦਾ ਹੈਗਾ ਅੱਧਾ 0.5 ਦਾ ਮਤਲਬ ਹੁੰਦਾ ਹੈਗਾ ਅੱਧਾ ਦੇਖੋ ਉਹੀ ਚੀਜ਼ ਆਪਾਂ ਨੇ ਇੱਥੇ ਕੀਤੀ ਹੈਗੀ ਆਪਾਂ ਨੂੰ ਇੱਕ ਸਰਕਲ ਦਿੱਤਾ ਹੋਇਆ ਸੀਗਾ ਉਸ ਤੇ ਵਿੱਚ ਆਪਾਂ ਨੇ ਕੀ ਮਾਰ ਲੀਨ ਮਾਰ ਲੀ ਆਹ ਦੇਖੋ ਅੱਧਾ ਸਰਕਲ ਹੋ ਗਿਆ ਇੱਧਰ ਵਾਲਾ ਇਹ ਚੀਜ਼ ਜੀ ਜਿਹੜੀ ਅੱਧਾ ਹੋ ਗਿਆ ਤੇ ਅੱਧਾ ਹੀ ਆਹ ਹੋ ਗਿਆ ਇਹਨਾਂ ਨੂੰ ਆਪਾਂ ਨੇ ਇਹ ਚੀਜ਼ ਨੂੰ ਅੱਧਾ ਦਿਖਾਉਣ ਦੇ ਵਾਸਤੇ ਇਹ ਚੀਜ਼ ਲਿਖਿਆ ਸੀਗਾ ਭਾਟੇ ਦੇ ਵਿੱਚ ਮਤਲਬ ਕਿ ਇੱਕ ਚੀਜ਼ ਦੇ ਆਪਾਂ ਨੇ ਦੋ ਭਾਗ ਬਣਾਤੇ ਜਦੋਂ ਇੱਕ ਚੀਜ਼ ਦੇ ਆਪਾਂ ਦੋ ਭਾਗ ਬਣਾ ਦਾਂਗੇ ਤਾਂ ਉਸ ਦਾ ਮਤਲਬ ਅੱਧਾ ਹੀ ਰਹੇਗੀ ਉਹ ਚੀਜ਼ ਹਾਂ ਜੇਕਰ ਆਪਾਂ ਉਸੇ ਚੀਜ਼ ਦੇ ਤਿੰਨ ਭਾਗ ਬਣਾ ਦਿੰਦੇ ਪਰ ਇੱਕ ਗੱਲ ਦਾ ਧਿਆਨ ਰੱਖਣਾ ਹੈਗਾ ਫ੍ਰੈਕਸ਼ਨ ਦੇ ਵਿੱਚ ਜਦੋਂ ਆਪਾਂ ਭਾਗ ਬਣਾਉਨੇ ਆ ਉਹ ਭਾਗ ਇੱਕੋ ਜਿਹੇ ਹੀ ਹੋਣੇ ਚਾਹੀਦੇ ਨੇ ਮੰਨ ਲਓ ਕਿ ਆਪਾਂ ਨੇ ਇਸ ਤੇ ਤਿੰਨ ਭਾਗ ਬਣਾਏ ਉਹ ਤਿੰਨੋਂ ਭਾਗ ਇੱਕੋ ਜਿਹੇ ਹੀ ਹੋਣ ਆਏ ਨਹੀਂ ਹੈਗਾ ਵੀ ਜਿਵੇਂ ਇੱਥੇ ਲੈਣ ਸੀ ਇਹ ਇਮਾਰਤੀ ਇਹ ਦੋਨੋਂ ਭਾਗ ਤਾਂ ਛੋਟੇ ਰਹ ਗਏ ਇਹ ਵਾਲਾ ਭਾਗ ਵੱਡਾ ਹੋ ਗਿਆ ਆਪਾਂ ਨੇ ਇਹ ਕੰਮ ਨਹੀਂ ਕਰਨਾ ਫ੍ਰੈਕਸ਼ਨ ਦੇ ਵਿੱਚ ਤਿੰਨੋਂ ਭਾਗ ਇੱਕੋ ਜਿਹੇ ਹੀ ਹੋਣੇ ਚਾਹੀਦੇ ਨੇ ਦੇਖੋ ਇਸ ਤਰ੍ਹਾਂ ਇਹ ਇੱਕੋ ਜਿਹੇ ਹੋ ਗਏ ਦੇਖੋ ਤਾਂ ਦੇਖੋ ਕਿੰਨੇ ਸਰਕਲ ਸੀਗੇ ਆਪਣੇ ਕੋਲ ਇੱਕ ਸੀਗਾ ਉਸ ਤੇ ਕਿੰਨੇ ਭਾਗ ਬਣਾਤੇ ਆਪਾਂ ਨੇ ਤਿੰਨ ਇਸ ਤਰ੍ਹਾਂ ਤੇ ਦੂਜੀ ਦੂਜੀ ਤਰ੍ਹਾਂ ਦੇਖੋ ਜੇਕਰ ਆਪਾਂ ਨੂੰ ਇੱਥੋਂ ਸ਼ੈਡੇਡ ਕਰਦੇ ਇਹਨੂੰ ਪਾਰਟ ਦੇ ਵਿੱਚ ਰੰਗ ਭਰਦੇ ਤੇ ਜੇਕਰ ਆਪਾਂ ਨੂੰ ਕਿਹਾ ਜਾਵੇ ਕਿ ਤੁਸੀਂ ਰੰਗ ਭਰਿਆ ਹੋਇਆ ਪਾਰਟ ਪਤਾ ਕਰੋ ਕਿੰਨੇ ਪਾਰਟਾਂ ਦੇ ਵਿੱਚ ਰੰਗ ਭਰਿਆ ਹੋਏਗਾ ਉਸੇ ਤਰ੍ਹਾਂ ਕੁੱਲ ਕਿੰਨੇ ਭਾਗ ਨੇ ਸਤੇ ਤਿੰਨ ਤੇ ਨਾ ਹੇਠੇ ਲਿਖ ਲਾਂਗੇ ਕਿੰਨੇ ਪਾਰਟਾਂ ਦੇ ਵਿੱਚ ਰੰਗ ਭਰਿਆ ਹੋਏਗਾ ਇੱਕ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਦੇਖੋ ਇਸੇ ਤਰ੍ਹਾਂ ਆਪਾਂ ਕੋਈ ਸਕੁਅਰ ਦੇ ਵਿੱਚ ਇਸ ਨੂੰ ਦਿਖਾ ਸਕਦੇ ਆ ਸਕੁਅਰ ਦੇ ਵਿੱਚ ਦੇਖੋ ਮੰਨ ਲਓ ਕਿ ਆਪਾਂ ਨੂੰ ਕੋਈ ਵੀ ਡੱਬਾ ਦਿੱਤਾ ਹੈਗਾ ਉਸ ਤੇ ਚਾਰ 파ਟ ਲੇਗੇ ਚਾਰ 파ਟਾਂ ਦੇ ਵਿੱਚੋਂ ਇੱਕ 파ਟ ਦੇ ਵਿੱਚ ਰੰਗ ਭਰਤਾ ਤਾਂ ਆਪਾਂ ਨੂੰ ਕਿਹਾ ਜਾਵੇ ਕਿ ਰੰਗ ਭਰਿਆ ਹੋਇਆ 파ਟ ਦਰਸਾਓ ਇਸ ਨੂੰ ਆਪਾਂ 1/4 ਲਿਖਾਂਗੇ ਕਿਉਂਕਿ ਇੱਕ ਡੱਬੇ ਦੇ ਵਿੱਚ ਰੰਗ ਭਰਿਆ ਹੋਇਆ ਹੈਗਾ ਇੱਕ ਲਿਖ ਲਿਆ ਆਪਾਂ ਨੇ ਉੱਪਰ ਕਿੰਨੇ ਟੋਟਲ ਕਿੰਨੇ ਸੀਗੇ ਨੀਚੇ 4 ਸਿੱਧੀ ਗੱਲ ਦੇਖੋ ਤੁਹਾਨੂੰ ਦੱਸਦਾ ਆਪਾਂ ਪੇਪਰ ਦੇ ਆ ਕਰਦੇ ਸੀਗੇ ਸਕੂਲਾਂ ਦੇ ਵਿੱਚ ਹੁੰਦੇ ਸੀਗੇ ਬਟਾ ਦੇਖ ਕੇ ਆਪਾਂ ਨੂੰ ਬੜੀ ਖੁਸ਼ੀ ਹੁੰਦੀ ਕਿ ਅੱਜ ਬਟਾ ਆ ਗਿਆ ਹਨਾ ਕਿੰਨੇ ਨੰਬਰ ਆ ਗਏ ਕੋਈ 33% ਵਾਲਾ ਵੀ ਸੀਗੇ ਤੇ ਆਪਾਂ ਨੂੰ ਜਿਹੜਾ 100 ਦੇ ਵਿੱਚੋਂ ਮੰਨ ਲਓ ਆਪਾਂ ਨੇ ਦੱਸਿਆ ਕਰਦੇ ਉਹ 100 ਦੇ ਵਿੱਚੋਂ ਤੁਹਾਨੂੰ 33 ਨੰਬਰ ਆ ਗਏ ਦੇਖੋ ਕੋਈ ਚੀਜ਼ ਸੀਗੀ ਉਹਦੇ 33 ਪਾਰਟ 100 ਪਾਰਟ ਸੀਗੇ 100ਾਂ ਦੇ ਵਿੱਚੋਂ ਆਪਾਂ ਨੇ ਮੰਨ ਲਓ ਇੱਕ ਇੱਕ ਆਪਣੇ ਕੋਲ ਮੰਨ ਲਓ ਬਾਕਸ ਹੁੰਦਾ ਸੀਗਾ ਉਸ ਤੇ 100 ਡੱਬੀਆਂ ਬਣੀਆਂ ਹੁੰਦੀ ਸੀ 100 ਡੱਬੀਆਂ ਬਣੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਵਿੱਚੋਂ ਮੰਨ ਲਓ ਕਿ ਆਪਾਂ ਨੇ 33 ਡੱਬੀਆਂ ਪ੍ਰਾਪਤ ਕਰ ਲਈਆਂ ਜੇਕਰ ਤੁਹਾਨੂੰ 33 ਨੰਬਰ ਆਏ ਨੇ ਇਸ ਤਰ੍ਹਾਂ ਮਤਲਬ ਕਿ ਇੰਨਾ ਇੰਨੀਆਂ ਤੁਸੀਂ ਨੇ ਮਤਲਬ ਕਿ ਪ੍ਰਾਪਤ ਕਰ ਲਈਆਂ ਉਹ ਡੱਬੀਆਂ ਇਹਦਾ ਮਤਲਬ ਇਹ ਹੁੰਦਾ ਸੀਗਾ ਠੀਕ ਹੈ ਜੀ ਮਤਲਬ ਕਿ نیچے ਟੋਟਲ ਉੱਪਰ ਓਬਟੇਨਡ ਮਾਰਕ ਹੁੰਦੀ ਸੀਗੇ ਠੀਕ ਹੈ ਜੀ ਇੱਥੋਂ ਤੱਕ ਤੁਹਾਨੂੰ ਸਮਝ ਆ ਗਈ ਹੋਵੇਗੀ ਦੇਖੋ ਫ੍ਰੈਕਸ਼ਨ ਜੇਕਰ ਤੁਹਾਨੂੰ ਐਵੇਂ ਦਿੱਤਾ ਹੈਗਾ 1/4 ਤਾਂ ਤੁਸ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਨੇ ਇਸ ਨੂੰ ਅ ਸਕੁਅਰ ਦੇ ਵਿੱਚ ਤੁਸੀਂ ਨੇ ਇਹਨੂੰ ਸ਼ੈਡਡ ਕਰਕੇ ਦਿਖਾਉਣੇਗਾ ਸਕੁਅਰ ਦੇ ਵਿੱਚ ਸ਼ੈਡਡ ਕਰਕੇ ਦਿਖਾਉਣੇ ਮੰਨ ਲਓ ਆਪਾਂ ਨੇ ਕੋਈ ਸਕੁਅਰ ਲਾ ਲਿਆ ਇਹਦੇ ਵਿੱਚ ਸ਼ੈਡਡ ਕਰਕੇ ਦਿਖਾਉਣੇਗਾ ਦੇਖੋ ਕਿੰਨਾ ਆਏਗਾ نیچے ਚਾਰ ਨੇ ਚਾਰ 파ਟ ਬਣਾ ਲਓ ਇਸ ਤੇ ਕਿੰਨੇ 파ਟ ਸ਼ੈਡਡ ਕਰਨ ਨੂੰ ਕਿਹਾ ਹੈਗਾ ਇੱਕ 파ਟ ਤਾਂ ਆਪਾਂ ਇੱਕ 파ਟ ਇਹਦਾ ਸ਼ੈਡਡ ਕਰ ਦਾਂਗੇ ਇੱਕ 파ਟ ਦੇ ਵਿੱਚ ਰੰਗ ਭਰ ਦਾਂਗੇ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਸੋ ਇਹ ਤਾਂ ਸੀਗਾ ਆਪਣਾ ਬੱਚਿਆਂ ਵਾਲਾ ਕੰਮ ਛੋਟੇ ਜਵਾਕਾਂ ਵਾਲਾ ਕੰਮ ਆ ਠੀਕ ਹੈ ਜੀ ਇਹ ਤੁਹਾਨੂੰ ਕਿਉਂ ਕਰਵਾਇਆ ਕਿਉਂਕਿ ਆਪਣਾ ਇੱਕ بیس ਬਣਾ ਕੇ ਉਥੋਂ ਸਟਾਰਟ ਕਰਨਾ ਹੈ ਬਹੁਤੇ ਆਪਣੇ ਵਿੱਚ ਵੀ ਇਹ ਅਜੇ ਇਹ ਹੋਣਗੇ ਜਿਨ੍ਹਾਂ ਨੂੰ ਕਿ ਅਜੇ ਤੱਕ ਕੁਝ ਵੀ ਨਹੀਂ ਪਤਾ ਸੀਗਾ ਇੱਥੋਂ ਪਤਾ ਲੱਗ ਜੇਗਾ ਕਿਉਂਕਿ ਇੱਕ ਆਪਣੀ ਸਟੋਰੀ ਸਟਾਰਟ ਕਰਨੀ ਹੁੰਦੀ ਹੈ ਉਹ ਇੱਥੋਂ ਹੁਣ ਦੇਖੋ ਆਪਣਾ ਸਟਾਰਟ ਹੋ ਚੁੱਕੀ ਹੈ ਠੀਕ ਹੈ ਜੀ ਅੱਗੇ ਆਪਾਂ ਜੋ ਕਰਾਂਗੇ ਦੇਖੋ ਆਪਣੇ ਵਾਸਤੇ ਬਿਲਕੁਲ ਸੌਖਾ ਹੋ ਜਾਏਗਾ ਸਿੰਪਲਿਸਟ ਫਾਰਮ ਦੇ ਵਿੱਚ ਲਿਖਣਾ ਹੈ ਪੈਨ ਹੁੰਦੀ ਹੈਗੀ ਜਿਹੜੀ ਦੇਖੋ ਆਪਾਂ ਨੂੰ ਮੰਨ ਲਓ ਪਹਿਲੀ ਗੱਲ ਜਿੱਦੋਂ ਆਪਾਂ ਨੇ ਸਿੰਪਲੀਫਿਕੇਸ਼ਨ ਦੀ ਕਲਾਸ ਸਟਾਰਟ ਕੀਤੀ ਸੀਗੀ ਤੁਹਾਨੂੰ ਦੱਸਿਆ ਸੀਗਾ ਕਿ ਸਿੰਪਲੀਫਿਕੇਸ਼ਨ ਹੁੰਦਾ ਕੀ ਹੈ ਮੰਨ ਲਓ ਆਪਾਂ ਨੂੰ 2 4 5 3 ਇਸ ਤਰ੍ਹਾਂ ਦੇ ਦਿੱਤਾ ਠੀਕ ਹੈ ਜੀ ਜੇਕਰ ਆਪਾਂ ਨੂੰ ਇਸ ਤਰ੍ਹਾਂ ਦੇ ਦਿੱਤਾ ਜਾਵੇ ਤਾਂ ਆਪਾਂ ਇਸ ਦਾ ਕਰਾਂਗੇ ਕੀ ਮਤਲਬ ਕਿ ਇਸ ਨੂੰ ਆਪਾਂ ਕਰਾਂਗੇ ਸਿੰਪਲ ਕਰਕੇ ਲਿਖਣਾ ਹੁੰਦਾ ਹੈ ਸਿੰਪਲੀਫਿਕੇਸ਼ਨ ਦਾ ਮਤਲਬ ਹੀ ਇਹ ਹੈਗਾ ਦੇਖੋ ਕਿਵੇਂ ਸਿੰਪਲ ਕਰਾਂਗੇ ਇਸ ਨੂੰ ਸਿੰਪਲ ਕਰਨ ਦੇ ਵਾਸਤੇ ਪਹਿਲੀ ਗੱਲ ਦੇਖੋ ਤੁਸੀਂ ਬੋਲਣ ਨੂੰ ਕਿਹਾ ਜਾਵੇ ਤੁਸੀਂ ਇਹਨੂੰ ਬੋਲੋ 2 4 5 3 ਇਸ ਤਰ੍ਹਾਂ ਆਪਾਂ ਇਨ ਚਿਰਾਂ ਦੇ ਵਿੱਚ ਬੋਲੋਗੇ ਪਰ ਆਪਾਂ ਨੇ ਇਸ ਨੂੰ ਸਿੰਪਲੀਫਿਕੇਸ਼ਨ ਦਾ ਫਿਰ ਫਾਇਦਾ ਕੀ ਹੋਇਆ ਜੇਕਰ ਆਪਾਂ ਨੂੰ ਇੰਨੀ ਬੋਲਣਾ ਪੈ ਗਿਆ ਇਹਨਾਂ ਦਾ ਕਰੋ ਜੋੜ 5 ਤੇ 4 9 9 ਤੇ 2 11 11 3 11 ਦੇ ਵਿੱਚੋਂ 3 ਘਟਾ ਦਿਓ ਇਹ ਆ ਗਿਆ ਜੀ 8 ਆਪਣਾ ਠੀਕ ਹੈ ਇਹ ਵਟਾ ਨਹੀਂ ਹੈਗਾ 11 ਦੇ ਵਿੱਚੋਂ 3 ਘਟਾਪਾ ਠੀਕ ਹੈ ਜੀ ਤਾਂ ਆਪਣੇ ਕੋਲ 8 ਆ ਗਿਆ ਪਹਿਲਾਂ ਤਾਂ ਜਦੋਂ ਆਪਾਂ ਨੂੰ ਬੋਲਣੀ ਪਈ ਦੇਖੋ ਐਡੀ ਆਪਾਂ ਸਟੇਟਮੈਂਟ ਬੋਲਦੇ ਸੀਗੇ ਪਰ ਆਪਾਂ ਨੇ ਇੱਥੋਂ ਸਿੱਧਾ 8 ਦੇ ਨਾਲ ਸਾਰਤਾ ਠੀਕ ਹੈ ਜੀ ਤਾਂ ਆਪਣਾ ਸਿੰਪਲੀਫਿਕੇਸ਼ਨ ਦਾ ਮਤਲਬ ਇਹ ਸੀਗਾ ਕਿ ਆਪਾਂ ਨੇ ਇਸ ਨੂੰ ਸੋਲਵ ਕਰਨਾ ਹੈ ਤੇ ਜੇਕਰ ਦੇਖੋ ਆਪਾਂ ਨੂੰ ਕੋਈ ਵੀ ਆਪਾਂ ਨੂੰ ਅ ਇਸੇ ਤਰ੍ਹਾਂ ਫ੍ਰੈਕਸ਼ਨ ਦੇ ਵਿੱਚ ਕੁਝ ਦਿੱਤਾ ਹੋਇਆਗਾ ਮੰਨ ਲਓ ਆਪਾਂ ਨੇ ਦਿੱਤਾ 4/8 4/8 ਆਏਗਾ ਜਿਹੜਾ ਆਪਾਂ ਇਹ ਆਪਾਂ ਨੂੰ ਇਹਨੂੰ ਸਿੰਪਲ ਕਰਕੇ ਲਿਖਣਾ ਹੈ ਦੇਖੋ ਸਿੰਪਲ ਕਰਕੇ ਲਿਖਣ ਦਾ ਮਤਲਬ ਇਹ ਹੁੰਦਾ ਹੈਗਾ ਕਿ ਇਹਦੇ ਵਿੱਚ ਕੋਮਨ ਨਾ ਨਿਕਲਦਾ ਹੋਵੇ 8 ਤੇ 4 ਦੇਖੋ ਵੀ ਮਤਲਬ ਦੋਨੋਂ ਨੇ ਜਿਹੜੇ ਅੱਖਰ ਉਹ ਇੱਕੋ ਪਹਾੜੇ ਤੇ ਨਾ ਜਾਂਦੇ ਹੋਣ ਇਸ ਤਰ੍ਹਾਂ ਦਾ ਇਹਨੂੰ ਆਪਾਂ ਇੰਨਾ ਤੋੜ ਦਾਂਗੇ ਇਹਨੂੰ ਆਪਾਂ ਇੰਨਾ ਬਰੀਕ ਕੰਮ ਕਰ ਦੇਣਾ ਇਹਨਾਂ ਦਾ ਵੀ ਇਹ ਕਿਸੇ ਦੇ ਪਹਾੜੇ ਦੇ ਵਿੱਚ ਨਾ ਹੋਣਾ ਇੱਕ ਤੋਂ ਬਿਨਾ ਇਹ ਦੇਖੋ ਦੋਨੋਂ 2 ਦੇ ਪਹਾੜੇ 'ਚ ਵੀ ਆ ਰਹੇ ਨੇ ਜਾਂ ਦੋਨੋਂ 4 ਦੇ ਪਹਾੜੇ ਦੇ ਵਿੱਚ ਵੀ ਆ ਰਹੇ ਨੇ ਚਾਰ ਦੇ ਨਾਲ ਹੀ ਨਿਮੇੜੋ ਇੱਕ ਵਾਰ ਚੀ ਗੱਮ ਨਿਪਟ ਜੂਗਾ ਦੋਨੋਂ ਪਾਸੇ ਆਪਾਂ 4 4 ਦੇ ਨਾਲ ਭਾਗ ਕਰ ਦੋ ਠੀਕ ਹੈ 4 4 ਦੇ ਨਾਲ ਭਾਗ ਕਰਤੀ ਦੋਨਾਂ ਦੀ ਤਾਂ ਦੇਖੋ 4 ਦੀ ਭਾਗ 4 ਨਾਲ ਕੀਤੀ ਮਤਲਬ ਕਿ 4 ਵਟਾ 4 ਕੱਟ ਕੇ 1 ਆ ਗਿਆ ਠੀਕ ਹੈ ਤਾਂ ਆਪਾਂ ਇਹਦਾ 1 ਲਿਖ ਲਿਆ ਤਾਂ ਇਹਦਾ 8 ਵਟਾ 4 ਸੀਗਾ ਦੇਖੋ 8 ਵਟਾ 4 ਸੀਗਾ 4 ਦੇ ਪਹਾੜੇ 'ਚ 2 ਤੇ ਆਉਂਦੇਗਾ ਮਤਲਬ ਕਿ ਆਪਾਂ ਇਹਦਾ 2 ਲਿਖ ਲਿਆ 4/8 ਨੂੰ ਆਪਾਂ 1/2 ਲਿਖ ਸਕਦੇ ਸੀਗੇ ਠੀਕ ਹੈ ਜੀ ਇਹ ਚੀਜ਼ ਹੋ ਗਿਆ ਇਹਦਾ ਸਿੰਪਲ ਦੇਖੋ 1 ਤੇ 2 ਇਹਨਾਂ ਨੂੰ ਆਪਾਂ ਹੋਰ ਤਾਂ ਇਸ ਤੋਂ ਜ਼ਿਆਦਾ ਤਾਂ ਕੱਟ ਨਹੀਂ ਸਕਦੇ 1/2 ਸੀਗਾ ਜਿਹੜਾ ਆਪਣਾ ਆਇਆ ਸੀਗਾ ਇਸ ਤੋਂ ਜ਼ਿਆਦਾ ਆਪਾਂ ਆਪ ਇਸ ਨੂੰ ਕੱਟ ਨਹੀਂ ਸਕਦੇ ਇਸੇ ਤਰ੍ਹਾਂ ਹੁੰਦਾ ਹੈਗਾ ਜਦੋਂ ਆਪਾਂ ਨੇ ਸਿੰਪਲ ਫਾਰਮ ਦੇ ਵਿੱਚ ਲਿਖਣਾ ਹੈਗਾ ਦੇਖੋ 2/4 ਆਪਾਂ ਨੂੰ ਮੰਨ ਲਓ ਲਿਖ ਕੇ ਦਿਖਾਏਗਾ ਇਹਨਾਂ ਨੂੰ ਇਸ ਨੂੰ ਕਿਹਾ ਸਿੰਪਲੈਸਟ ਫਾਰਮ ਦੇ ਵਿੱਚ ਲਿਖਣਾ ਹੈਗਾ ਇਸ ਨੂੰ ਆਪਾਂ ਕਿਵੇਂ ਲਿਖਾਂਗੇ ਦੇਖੋ 2 ਦੇ ਪਹਾੜੇ 'ਚ 2 1 ਤੇ ਆਉਂਦਾਗਾ 2 ਦੇ ਪਹਾੜੇ 'ਚ 2 4 ਤੇ ਆਉਂਦਾਗਾ ਤਾਂ ਇਸ ਤਰ੍ਹਾਂ 1/2 ਵੀ ਇਸੇ ਦਾ ਵੀ ਬਣ ਗਿਆ ਜੇਕਰ 6/12 ਦਿੱਤਾ ਹੋਵੇ 6 ਦੇ ਪਹਾੜੇ 'ਚ 1 ਤੇ ਆਉਂਦਾਗਾ 6 ਦੇ ਪਹਾੜੇ 'ਚ 2 ਤੇ ਆਉਂਦਾ 1 ਕੋ ਪਹਾੜੇ ਦੇ ਵਿੱਚ ਆਪਾਂ ਚੈੱਕ ਕਰਨਾ 1/2 ਬਣ ਗਿਆ ਮਤਲਬ ਕਿ ਇਹ ਦੇਖੋ 1 ਤੇ 2 ਨਹੀਂਗੇ ਜਿਹੜੇ ਕਿਸੇ ਇੱਕ ਦੇ ਪਹਾੜੇ 'ਚ ਨਹੀਂ ਆਉਂਦੇ ਇਸ ਮਤਲਬ ਇਸ ਨੂੰ ਆਪਾਂ ਹੋਰ ਤੋੜ ਨਹੀਂ ਸਕਦੇ ਠੀਕ ਹੈ ਜੀ ਤਾਂ ਇਹ ਸੀਗੀ ਆਪਣੀ ਸਿੰਪਲੈਸਟ ਫਾਰਮ ਵੀ ਹੋ ਗਈ ਆਪਣੀ ਤਾਂ ਇਸ ਤੋਂ ਅੱਗੇ ਦੇਖੋ ਜਿਹੜੀਆਂ ਭਿੰਨਾਂ ਨੇਗੀਆਂ ਭਿੰਨਾਂ ਦੀਆਂ ਟਾਈਪਸ ਦੇ ਬਾਰੇ ਗੱਲ ਕਰਾਂਗੇ ਹੁਣ ਆਪਾਂ ਟਾਈਪਸ ਕੀ ਕੀ ਨੇ ਭਿੰਨਾਂ ਦੀਆਂ ਪਹਿਲੀ ਗੱਲ ਹੋ ਗਈ ਪ੍ਰੋਪਰ ਫ੍ਰੈਕਸ਼ਨ ਮਤਲਬ ਕਿ ਪੂਰਨ ਜਾਂ ਉਚਿਤ ਭਿੰਨ ਕਹਿੰਦੇ ਨੇ ਇਸ ਨੂੰ ਪੂਰਨ ਭਿੰਨ ਜਾਂ ਉਚਿਤ ਭਿੰਨ ਫਿਰ ਇਸ ਤੋਂ ਅਗਲੀ ਆ ਗਈ ਇੰਪ੍ਰੋਪਰ ਫ੍ਰੈਕਸ਼ਨ ਮਤਲਬ ਕਿ ਅਪੂਰਨ ਜਾਂ ਅਨੁਚਿਤ ਭਿੰਨ ਇਸ ਤੋਂ ਬਾਅਦ ਆ ਗਈ ਮਿਕਸਡ ਫ੍ਰੈਕਸ਼ਨ ਇਸ ਨੂੰ ਕਹਿੰਦੇ ਨੇ ਜੀ ਮਿਸ਼ਰਤ ਭਿੰਨ ਠੀਕ ਹੈ ਜੀ ਇਹ ਤੁਹਾਨੂੰ ਯਾਦ ਹੋ ਗਈਆਂ ਹੋਣਗੀਆਂ ਤੈਨੂੰ ਨਾਲ ਦੀ ਨਾਲ ਤੁਸੀਂ ਨੇ ਕਾਪੀਆਂ ਦੇ ਵਿੱਚ ਲਿਖਣਾ ਇਹਨਾਂ ਨੂੰ ਨੋਟ ਕਰਦੇ ਰਹੋ ਠੀਕ ਹੈ ਜੀ ਤੇ ਦੇਖੋ ਪ੍ਰੋਪਰ ਫ੍ਰੈਕਸ਼ਨ ਕੀ ਹੁੰਦੀ ਹੈ ਕਿ ਪ੍ਰੋਪਰ ਫ੍ਰੈਕਸ਼ਨ ਇਹ ਹੁੰਦੀ ਹੈਗੀ ਕਿ ਅੰਸ਼ ਅੰਸ਼ ਤੇ ਨੀਚੇ ਹੁੰਦਾ ਹੈਗਾ ਹਰ ਅੰਸ਼ ਤੇ ਹਰ ਦਾ ਜੇਕਰ ਆਪਾਂ ਮੰਨ ਲਓ ਮੁਕਾਬਲਾ ਕਰਵਾਈਏ ਇਹਨਾਂ ਦਾ ਕੰਪੈਰੀਜ਼ਨ ਕਰੀਏ ਅੰਸ਼ ਤੇ ਹਰ ਦਾ ਜਿਹੜਾ ਹਰ ਹੁੰਦਾ ਹੈਗਾ ਅੰਸ਼ ਤੇ ਹਰ ਇਹਨਾਂ ਦੇ ਵਿੱਚ ਜੇਕਰ ਹਰ ਵੱਡਾ ਹੋਵੇ ਤਾਂ ਹੁੰਦੀ ਹੈਗੀ ਪ੍ਰੋਪਰ ਫ੍ਰੈਕਸ਼ਨ ਮਤਲਬ ਦੇਖੋ ਆਪਾਂ 1/2 ਲਿਖ ਲਿਆ ਉੱਪਰ ਹੈਗਾ ਅੰਸ਼ ਨੀਚੇ ਹੈਗਾ ਹਰ ਦੇਖੋ ਹਰ ਹੈਗਾ ਜਿਹੜਾ ਵੱਡਾ ਹੈ ਕ ਅੰਸ਼ ਨਾਲੋਂ ਅੰਸ਼ ਛੋਟਾ ਹੈਗਾ ਹਰ 2 ਹੈਗਾ 1/2 ਦੇ ਵਿੱਚ ਹਰ ਹੈਗਾ ਜਿਹੜਾ ਵੱਡਾ ਹੈ ਅੰਸ਼ ਛੋਟਾ ਹੈ ਤਾਂ ਇਹੇ ਬਣ ਗਈ ਆਪਣੀ ਪ੍ਰੋਪਰ ਫ੍ਰੈਕਸ਼ਨ ਇਹ ਬਣ ਗਈ ਆਪਣੀ ਪ੍ਰੋਪਰ ਫ੍ਰੈਕਸ਼ਨ ਮਤਲਬ ਦੇਖੋ ਜੇਕਰ ਆਪਾਂ ਇਸ ਨੂੰ ਸੋਲਵ ਕਰਾਂਗੇ ਜਿਵੇਂ ਆਪਾਂ ਦੇਖੋ 1 ਤੇ 2 ਲਿਖ ਕੇ ਇਹਨੂੰ ਸੋਲਵ ਕਰਿਆ ਸੀਗਾ ਆ ਡਿਵਾਈਡ ਕਰੀ ਸੀਗੀ ਪੁਆਇੰਟਾਂ ਦੇ ਵਿੱਚ ਆਨਸਰ ਆ ਗਿਆ ਸੀਗਾ ਤਾਂ ਇਹ ਸੀਗੀ ਆਪਣੀ ਪ੍ਰੋਪਰ ਫ੍ਰੈਕਸ਼ਨ ਮਤਲਬ ਕਿ ਪੂਰਨ ਪਿੰਨ ਇਸ ਤੋਂ ਅਗਲੀ ਆ ਗਈ ਇਮਪ੍ਰੋਪਰ ਜਾਂ ਅਪੂਰਨ ਜਾਂ ਅਨੁਚਿਤ ਕਹਿੰਦੇ ਨੇ ਇਹਨੂੰ ਪੰਜਾਬੀ ਦੇ ਵਿੱਚ ਇਹ ਕਿਵੇਂ ਕਰਾਂਗੇ ਇਹਦੇ ਵਿੱਚ ਅੰਸ਼ ਵੱਡਾ ਹੋਵੇਗਾ ਅੰਸ਼ ਵੱਡਾ ਹੋਵੇਗਾ ਹਰ ਛੋਟਾ ਹੋਵੇਗਾ ਦੇਖੋ ਅੰਸ਼ ਵਾਲੇ ਪਾਸੇ ਆਪਾਂ ਨੇ ਮੂੰਹ ਖੋਲੇ ਇਹੀ ਗੱਲ ਤੁਹਾਨੂੰ ਇਹ ਮੂੰਹ ਖੋਲਣ ਵਾਲਾ ਕੱਲ ਪਹਿਲੀ ਦੱਸਦਾ ਸੀਗਾ ਦੇਖੋ ਅੰਸ਼ ਹੈਗਾ ਅੰਸ਼ ਵੱਡਾ ਹੈਗਾ ਆਪਣਾ ਅੰਸ਼ ਵੱਡੇ ਵਾਲੀ ਆਪਾਂ ਚਲੋ ਫ੍ਰੈਕਸ਼ਨ ਬਣਾ ਕੇ ਦਿਖਾਨੇ ਆ ਤੁਹਾਨੂੰ ਜੇਕਰ ਅੰਸ਼ ਵੱਡਾ ਹੋਵੇ ਮੰਨ ਲਓ ਆਪਾਂ ਨੂੰ ਦਿੱਤਾ ਹੈਗਾ 4 ਹਾਂ ਇਸ ਤੇ ਵਿੱਚ ਤੁਹਾਨੂੰ ਦੇਖੋ ਇੱਕ ਗੱਲ ਦੱਸਦੇ ਆ ਇਸ ਤੇ ਵਿੱਚ ਆਏਗਾ ਜਿਹੜਾ ਅਨਸਰ ਇਸ ਤੇ ਵਿੱਚ ਅਨਸਰ ਛੋਟਾ ਆਏਗਾ ਇੱਕ ਤੋਂ ਚਲੋ ਅੱਗੇ ਦੇਖਦੇ ਆ ਤੁਹਾਨੂੰ ਕਦੇ ਪ੍ਰੈਕਟੀਕਲ ਕਲਾਸ ਦੇ ਵਿੱਚ ਵੀ ਕਰਵਾਵਾਂਗੇ ਤੁਹਾਨੂੰ ਉਹ ਸਪੈਸ਼ਲ ਇਹ ਆ ਗਿਆ 4/2 ਜਾਂ 4/3 ਠੀਕ ਹੈ ਹਿੱਸੇ ਵਿੱਚ ਕੀ ਹੋਏਗਾ ਦੇਖੋ ਅੰਸ਼ ਵੱਡਾ ਹੈਗਾ ਹਰ ਛੋਟਾ ਹੈਗਾ ਇਹ ਹਾਰੇਗਾ ਇਹ ਅੰਛੇਗਾ ਜਦੋਂ ਅੰਸ਼ ਵੱਡਾ ਹੈਗਾ ਤਾਂ ਦੇਖੋ ਇਸ ਦੀ ਡਿਵਾਈਡ ਕਰਾਂਗੇ ਜਦੋਂ ਆਪਾਂ ਪਹਿਲੀ ਗੱਲ ਤਾਂ ਇੱਕ ਤੇ ਸਿੱਧੀ ਚਲਾ ਜਾਏਗਾ ਤਾਂ ਇੱਕ ਤਾਂ ਸਿੱਧਾ ਆ ਗਿਆ ਇਹਦੇ ਵਿੱਚ ਕੀ ਸੀਗਾ ਜਦੋਂ ਆਪਾਂ ਇਹਨੂੰ ਕੀਤਾ ਸੀਗਾ ਦੇਖੋ ਆਪਾਂ ਜ਼ੀਰੋ ਲਾਵਾਂਗੇ ਇੱਥੇ ਪੁਆਇੰਟ ਲਾਵਾਂਗੇ 0. ਦੇ ਵਿੱਚ ਅਨਸਰ ਆਏਗਾ 0.5 ਹੋਏਗਾ ਇਸ ਤਾ ਇਸ ਤਾ ਇੱਕ ਤਾਂ ਸਿੱਧਾ ਆ ਗਿਆ ਇੱਕ ਤੋਂ ਬਾਅਦ ਪੁਆਇੰਟ ਲੱਗ ਕੇ ਅੱਗੇ ਕੁਝ ਨਾ ਕੁਝ ਆਏਗਾ ਮਤਲਬ ਕਿ ਜੇਕਰ ਉੱਪਰ ਵਾਲੀ ਵੱਡੀ ਹੋਵੇ ਤਾਂ ਤਾਂ ਇੰਪ੍ਰੋਪਰ ਹੋਏਗੀ ਜੇਕਰ نیچے ਵਾਲੀ ਵੱਡੀ ਹੋਵੇ ਤਾਂ ਪ੍ਰੋਪਰ ਹੋਏਗੀ ਅਸਲ ਵਿੱਚ ਇਹ ਪੇਪਰ 'ਚ ਤਾਂ ਨਹੀਂ ਪੁੱਛਿਆ ਜਾਂਦਾ ਕਿ ਕਿਹੜੀ ਪ੍ਰੋਪਰ ਹੈ ਕਿਹੜੀ ਇੰਪ੍ਰੋਪਰ ਹੈ ਪਰ ਕੁਝ ਵੀ ਪਤਾ ਨਹੀਂ ਪੁੱਛਿਆ ਵੀ ਜਾ ਸਕਦਾ ਪਰ ਆਪਾਂ ਬੇਸਿਕਲੀ ਤੁਹਾਨੂੰ ਕਰਵਾਨੇ ਆ ਅੱਗੇ ਜਿਹੜਾ ਆਪਣਾ ਐਡੀਸ਼ਨ ਸਬਟ੍ਰੈਕਸ਼ਨ ਹੋਏਗੀਆਂ ਇਹ ਚੀਜ਼ਾਂ ਆਪਾਂ ਨੂੰ ਪੇਪਰ ਦੇ ਵਿੱਚ ਆਉਣਗੀਆਂ ਉਹਨਾਂ ਦੇ ਤੱਕ ਲੈ ਕੇ ਜਾਣਾ ਹੈ ਆਪਾਂ ਨੂੰ ਤੁਹਾਨੂੰ ਤਾਂ ਕਰਕੇ ਤੁਹਾਨੂੰ ਇਹ ਬੇਸਿਕ ਧੂਪਾਂ ਦੱਸ ਰਿਆਂਗੇ ਅੱਗੇ ਆ ਗਈ ਮਿਕਸਡ ਮਤਲਬ ਮਿਸ਼ਰਤ ਪਿੰਨਾ ਮਿਸ਼ਰਤ ਭਿੰਨ ਕੀ ਹੁੰਦੀ ਹੈ ਦੇਖੋ 1 1/2 ਇਸ ਤਰ੍ਹਾਂ ਦੇਖੋ ਆਪਣੇ ਪੁਰਾਣੇ ਬਜ਼ੁਰਗ ਇਸ ਤਰ੍ਹਾਂ ਲਿਖਦੇ ਹੁੰਦੇ ਸੀਗੇ ਜੇਕਰ ਮੰਨ ਲਓ ਆਪਾਂ ਨੇ ਇਸ ਨੂੰ ਦਿਖਾਣਾ ਹੁੰਦਾ 1.5 ਤਾਂ ਪੁਰਾਣੇ ਬਜ਼ੁਰਗ ਇਸ ਤਰ੍ਹਾਂ ਲਿਖ ਦਿੰਦੇ ਸੀਗੇ ਪਰ ਅੱਜ ਦੇ ਟਾਈਮ 'ਚ ਦੇਖੋ ਆਪਾਂ ਇਸ ਤਰ੍ਹਾਂ ਨਹੀਂ ਲਿਖਦੇ ਹੈਗੇ ਆਪਾਂ ਪੁਆਇੰਟਾਂ ਦੇ ਵਿੱਚ ਮੋਬਾਈਲਾਂ ਨੇ ਕੈਲਕੂਲੇਟਰਾਂ ਨੇ ਇਹ ਚੀਜ਼ਾਂ ਨੂੰ ਖਤਮ ਕਰ ਦਿੱਤਾ ਜ਼ਿਆਦਾਤਰ ਆਪਾਂ 0.5 3.5 ਇਸ ਤਰ੍ਹਾਂ 4.5 ਇਸ ਤਰ੍ਹਾਂ ਆਪਾਂ ਹੁਣ ਲਿਖਣ ਲੱਗੇ ਪਹਿਲਾਂ ਕੀ ਹੁੰਦਾ ਸੀਗਾ ਇਸ ਤਰ੍ਹਾਂ ਲਿਖਦੇ ਸੀਗੇ ਇਹ ਹੁੰਦੀ ਹੈ ਜੀ ਮਿਸ਼ਰਤ ਭਿੰਨ ਮਿਸ਼ਰਤ ਭਿੰਨ ਦੇਖੋ ਇਸੇ ਭਿੰਨ ਦੀ ਆਪਾਂ ਦੂਜੀ ਭਿੰਨ ਬਣਾ ਸਕਦੇ ਹਾਂ ਉਹ ਕਿਵੇਂ ਬਣਾਵਾਂਗੇ ਦੇਖੋ ਨੀਚੇ ਵਾਲਾ ਹੈਗਾ ਜਿਹੜਾ ਉਹ ਐਵੇਂ ਹੀ ਲਿਖ ਲਓ ਇਸ ਤੋਂ ਬਾਅਦ ਇਹ ਲਿਖ ਲਿਆ ਇਹਨਾਂ ਦੀ ਦੋਨਾਂ ਦੀ ਕਰਨੀ ਹੈਗੀ ਆਪਾਂ ਨੇ ਆਪਸ ਦੇ ਵਿੱਚ ਗੁਣਾ ਗੁਣਾ ਕਰ ਤੋ ਗੁਣਾ ਕਰਕੇ ਨੀਚੇ ਵਾਲੀ ਐਵੇਂ ਲਿਖ ਦੋ ਨੀਚੇ ਕਿੰਨਾ ਬਣ ਗਿਆ ਜੀ ਆਪਣੇ ਕੋਲ 2 1m 2 2 ਠੀਕ ਹੈ 1 ਮਿੰਟ ਆਪਾਂ ਇਸ ਨੂੰ ਛੋਟਾ ਕਰਕੇ ਲਿਖ ਲੈਨੇ ਆ 2 1m 2 ਇਹ ਵਾਲਾ ਠੀਕ ਹੈ बटे ਦੇ ਵਿੱਚ ਆ 2 ਵਾਲਾ ਐਵੇਂ ਸੀਗਾ ਪਰ ਇੱਥੇ ਜੋੜ ਪਾ ਕੇ ਆਹ ਵਾਲਾ 1 ਵੀ ਲਿਖ ਦੋ ਦੇਖੋ a ਦੀ ਤੇ ਇਹਦੀ ਆਪਸ ਦੇ ਵਿੱਚ ਆਪਾਂ ਗੁਣਾ ਕਰਤੀ ਆ 2 ਆ ਗਿਆ ਫਿਰ ਜੋੜ ਪਾ ਕੇ ਆਪਾਂ ਇਹ ਆ ਵਾਲਾ 1 ਲਿਖਤਾ ਨੀਚੇ 2 ਐਮੀ ਆ ਗਿਆ ਮਤਲਬ ਕਿ ਉੱਪਰ ਆ ਗਿਆ 2 ਤੇ 1 3 ਨੀਚੇ ਆ ਗਿਆ 2 3/2 ਆਪਣਾ ਇਸਦਾ ਆਨਸਰ ਆ ਚੁੱਕਾ ਹੈ ਦੇਖੋ ਇਹ ਬਣੀ ਵੀ ਕਿਵੇਂ 3/2 ਆ ਗਿਆ ਆਪਣਾ ਆਨਸਰ 3/2 ਬਣ ਗਿਆ ਆਪਣਾ ਆਨਸਰ ਇਸ ਤੋਂ ਆਪਾਂ ਤੁਹਾਨੂੰ ਇਹ ਦੁਬਾਰੇ ਬਣਾ ਕੇ ਦਿਖਾਣੇ ਆ ਦੇਖੋ ਕਿਸ ਤਰ੍ਹਾਂ ਬਣੇਗੀ 3/2 3/2 ਤੁਹਾਨੂੰ ਆਪਾਂ ਬਣਾ ਕੇ ਦਿਖਾਨੇ ਆ ਦੇਖੋ ਇਸ ਤੋਂ ਜੋ ਆਪਣੀ ਆ ਸਟੇਟਮੈਂਟ ਸੀਗੀ ਮੰਨ ਲਓ ਆਪਾਂ ਨੂੰ 3/2 ਦਿੱਤਾ ਹੋਏਗਾ ਜਿਹੜੀ ਉੱਪਰ ਹੁੰਦੀ ਹੈ बटे ਦੇ ਵਿੱਚੋਂ ਆਪਾਂ ਵਿੱਚ ਲਿਖਦੇ ਹੁੰਨੇ ਆ ਇਹਨਾਂ ਦੀ ਹੁਣ ਆਪਾਂ ਡਿਵਾਈਡ ਕਰਾਂਗੇ ਦੇਖੋ 1 ਤੇ ਜਾਊਗਾ 2 ਤਾਂ ਆਪਣੇ ਕੋਲ ਕਿੰਨਾ ਬਾਕੀ ਆ ਗਿਆ 1 ਬਾਕੀ ਆ ਗਿਆ ਆਪਣੇ ਕੋਲ ਜਿਹੜਾ ਹੁੰਦਾ ਹੈਗਾ ਬਾਕੀ ਹੁਣ ਤਾਂ ਲਿਖ ਲਓ ਐਵੇਂ ਬਾਕੀ ਲਿਖ ਲਿਆ ਆਪਾਂ ਨੇ ਤੇ ਜਿਹੜਾ a ਇਹ ਵਾਲਾ ਸੀਗਾ ਇਹ ਵਾਲੇ ਨੂੰ ਲਿਖ ਲਿਆ ਆਪਾਂ ਨੇ نیچے ਦੇਖੋ ਇੰਨੀ ਚੀਜ਼ ਆਪਣੀ ਇਹ ਬਣ ਗਈ ਇਹ ਚੀਜ਼ ਆਪਣੀ ਬਣ ਗਈ ਦੇਖੋ ਤੇ ਜਿਹੜਾ ਆ ਆਇਆ ਸੀਗਾ ਉੱਪਰ ਫਾਗਫਲ ਕਹਿੰਦੇ ਹੁੰਨੇ ਆਪਾਂ ਇਸ ਨੂੰ ਜਿਹੜਾ ਉੱਪਰ ਆਇਆ ਸੀਗਾ ਉਹਨੂੰ ਅੱਗੇ ਲਿਖਣਾ ਹੁੰਦਾ ਹੈਗਾ ਇੱਥੇ ਆ ਚੀਜ਼ ਦੇਖੋ ਬਣ ਗਈ ਆਪਣੀ ਇਸ ਤਰ੍ਹਾਂ ਕਰਨਾ ਹੁੰਦਾ ਹੈਗਾ ਇਹ ਠੀਕ ਹੈ ਜੀ ਤੁਹਾਨੂੰ ਇੱਥੋਂ ਤੱਕ ਪਤਾ ਲੱਗ ਗਿਆ ਹੋਵੇਗਾ ਹੁਣ ਆਪਾਂ ਕਰਾਂਗੇ ਜੋੜ ਘਟਾ ਗੁਣਾ ਵੰਡ ਜੋੜ ਫਟਾ ਗੁਣਾ ਤੇ ਵੰਡ ਠੀਕ ਹੈ ਜੀ ਸੋ ਇੱਕ ਬੇਨਤੀ ਹੈ ਕਿ ਤੁਸੀਂ ਹੁਣ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਠੀਕ ਹੈ ਆਪਣੇ ਦੋਸਤਾਂ ਦੇ ਨਾਲ ਤੇ ਜੇਕਰ ਤੁਸੀਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਦੇਖੋ ਜੋੜ ਦੇ ਵਿੱਚ ਕੀ ਕਨਸੈਪਟ ਹੁੰਦਾ ਹੈਗਾ ਜੋੜ ਦੇ ਵਿੱਚ ਜੇਕਰ ਤਾਂ ਹੋਵੇ ਹਰ ਇੱਕੋ ਜਿਹਾ ਹਰ ਤਾਂ ਦੇਖ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ 1/2 ਜੇਕਰ ਆਪਾਂ ਲਿਖੇ ਤਾਂ ਇਹ ਵਾਲਾ ਹਰ ਹੈਗਾ ਤੇ ਇਹ ਵਾਲ ਅੰਸ਼ ਹੈਗਾ ਦੇਖੋ ਹਰ ਇੱਕੋ ਜਿਹਾ ਹੋਵੇ ਤਾਂ ਉਹਨਾਂ ਦਾ ਆਪਾਂ ਨੇ ਕਿਵੇਂ ਜੋੜ ਕਰਨੇਗਾ 1/2 ਲਿਖਤਾ ਜੋੜ 1/2 ਲਿਖਤਾ ਦੇਖੋ ਪਹਿਲੀ ਗੱਲ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ 1/2 ਦਾ ਮਤਲਬ ਅੱਧਾ ਹੁੰਦਾ ਹੈਗਾ 1/2 ਦਾ ਮਤਲਬ ਅੱਧਾ ਹੁੰਦਾ ਦੇਖੋ ਮੰਨ ਲਓ ਆਪਣੇ ਕੋਲ ਅੱਧਾ ਭਾਗ ਤਾਂ ਇਹ ਪਿਆ ਤੇ ਅੱਧਾ ਭਾਗ ਇਹ ਪਿਆ ਇਹਨਾਂ ਨੂੰ ਦੋਨਾਂ ਨੂੰ ਜਦੋਂ ਆਪਾਂ ਜੋੜ ਦਾਂਗੇ 1 ਬਣ ਜਿਗਾ ਇਹ ਇਸ ਤਰ੍ਹਾਂ ਦਾ ਪੂਰਾ ਇਹ ਚੀਜ਼ ਬਣ ਜੇਗੀ ਜਦੋਂ ਆਪਾਂ ਇਹਨਾਂ ਨੂੰ ਦੋਨਾਂ ਨੂੰ ਜੋੜ ਦਿਆਂਗੇ ਇਸੇ ਤਰ੍ਹਾਂ ਦੇਖੋ ਅੱਧਾ ਇਹ ਦਿੱਤਾ ਹੈਗਾ ਅੱਧਾ ਇਹ ਦਿੱਤਾ ਇਹਨਾਂ ਦਾ ਜੋੜ ਕਰਕੇ ਕਿੰਨਾ ਆ ਗਿਆ ਆਪਣੇ ਕੋਲ ਇੱਕ ਆ ਗਿਆ ਦੇਖੋ ਹੁਣ ਆਪਾਂ ਫਾਰਮੂਲੇ ਦੇ ਹਿਸਾਬ ਨਾਲ ਕਿਵੇਂ ਕਰਦੇ ਹਾਂ ਦੇਖੋ ਤੁਹਾਨੂੰ ਕਿਹਾ ਜੇਕਰ ਹਰ ਇੱਕੋ ਜਿਹਾ ਹੋਵੇ ਦੇਖੋ ਇਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਹਰ ਇੱਕੋ ਜਿਹਾ ਹੈਗਾ ਕਰਨਾ ਕੀ ਹੈ ਇਹਨਾਂ ਦਾ ਜੋੜ ਕਰਨੇਗਾ ਆਪਾਂ ਨੇ ਤਾਂ ਜੋੜ ਕਿਸ ਤਰ੍ਹਾਂ ਕਰਾਂਗੇ ਦੇਖੋ ਉੱਪਰ ਲਿਆਂਦਾ ਦੋਨਾਂ ਦਾ ਕਰ ਦੋ ਜੋੜ ਇੱਕ ਜੋੜ ਇੱਕ ਤੇ ਨੀਚੇ ਵਾਲਾ ਹੈਗਾ ਜਿਹੜਾ ਦੋਨਾਂ ਦਾ ਹਰ ਇੱਕੋ ਜਿਹਾ ਸੀਗਾ ਉਹਨਾਂ ਦੇ ਵਿੱਚੋਂ ਇੱਕੋ ਨੂੰ ਲਿਖ ਲਓ ਚਾਹੇ ਆ ਦੋ ਲਿਖ ਲਓ ਚਾਹੇ ਆ ਦੋ ਲਿਖ ਲਓ ਚਾਹੇ ਇਹਨਾਂ ਦਾ ਸਮਝੌਤਾ ਕਰਵਾ ਕੇ ਕਿਹੜਾ ਮਰਜ਼ੀ ਲਿਖ ਲਓ ਨੀਚੇ ਆਪਾਂ ਨੂੰ ਇੱਕ ਵਾਰੀ ਦੋ ਚਾਹੀਦੇ ਹੈਗਾ ਲਿਖ ਲਿਆ ਇਹਨਾਂ ਦਾ ਕਰ ਦੋ ਜੋੜ ਉੱਪਰ ਵਾਲਿਆਂ ਦਾ ਦੋ ਬਣ ਗਏ ਉੱਪਰ ਨੀਚੇ ਵੀ ਦੋ ਸੀਗਾ ਤਾਂ ਦੋ ਐਵੇਂ ਲਿਖ ਲਿਆ ਇਹਨਾਂ ਨੂੰ ਕੱਟ ਦੋ ਆਨਸਰ ਆ ਗਿਆ ਆਪਣਾ ਇੱਕ ਦੇਖੋ ਪਹਿਲਾਂ ਜਿਹੜਾ ਆਪਾਂ ਸਿੰਪਲ ਤੁਹਾਨੂੰ ਕਿਹਾ ਸੀਗਾ ਉਸ ਤਰੀਕੇ ਦੇ ਨਾਲ ਵੀ ਆਪਣਾ ਇੱਕੋ ਆਇਆ ਸੀਗਾ ਵੀ ਅੱਧਾ ਤੇ ਅੱਧਾ ਜਦੋਂ ਆਪਾਂ ਜੋੜਿਆ ਸੀਗਾ ਤਾਂ ਆਪਣਾ 1 ਆ ਗਿਆ ਸੀਗਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਵੀ ਆਪਣਾ 1 ਆ ਗਿਆ ਚਲੋ ਤੁਹਾਨੂੰ ਹੋਰ ਦੱਸਦੇ ਆ ਜੇਕਰ 1/2 ਜੋੜ 1/3 ਦਿੱਤਾ ਹੋਵੇ ਤਾਂ ਆਪਾਂ ਕਿਵੇਂ ਕਰਨਾ ਹੈ ਦੇਖੋ ਪਹਿਲੀ ਗੱਲ ਤਾਂ ਆਪਾਂ ਕੀ ਚੈੱਕ ਕਰਾਂਗੇ ਪਹਿਲਾਂ ਆਪਾਂ ਚੈੱਕ ਕਰਾਂਗੇ ਹਰ ਇੱਕੋ ਜੇ ਹੈਗੇ ਨੇ ਨਹੀਂ ਜੀ ਹਰ ਇੱਕੋ ਜੀ ਨਹੀਂ ਹੈਗੇ ਤਾਂ ਆਪਾਂ ਕੀ ਕਰਾਂਗੇ ਆਪਾਂ ਇਹਨਾਂ ਦਾ ਕੀ ਕਰਨਾ ਹੈਗਾ ਜਾਂ ਤਾਂ ਲੈ ਲਓ ਤੁਸੀਂ ਇਹਨਾਂ ਦਾ ਐਲਸੀਐਮ ਤੇ ਜਾਂ ਫਿਰ ਤੁਸੀਂ ਕੀ ਕਰੋਗੇ ਇਹਨਾਂ ਦੇ ਕ੍ਰੋਸ ਮਲਟੀਪਲਾਈ ਕਰਾਂਗੇ ਆਪਾਂ ਦੇਖੋ ਕਿਸ ਤਰ੍ਹਾਂ ਕਰਾਂਗੇ ਦੇਖੋ 3 ਦੀ 1 ਨਾਲ ਗੁਣਾ ਕਰੋ 3 1 ਕਰ ਲਿਆ ਫਿਰ ਆਹ ਵਾਲੇ 2 ਦੀ ਗੁਣਾ ਕਰੋ ਆਹ ਵਾਲੇ 1 ਨਾਲ ਤੇ ਵਿਚਾਲੇ ਜੋੜ ਦੀ ਨਿਸ਼ਾਨੀ ਹੈ ਨਾ ਤੇ ਆਹ ਜੋੜ ਦੀ ਨਿਸ਼ਾਨੀ ਜ਼ਰੂਰ ਪਾ ਲਿਓ ਤੇ ਆਹ ਵਾਲੇ 2 ਦੀ ਗੁਣਾ 1 ਨਾਲ ਕਰੋ 2 1 ਲਿਖ ਲਿਆ ਤੇ ਇਹਨਾਂ ਦੇ ਵਿਚਾਲੇ ਦੇਖੋ ਇੱਥੇ बटे ਸੀਗੇ ਤਾਂ ਆਪਾਂ ਨੇ ਇੱਥੇ ਵੀ ਵਟਾ ਪਾ ਲਿਆ ਤੇ ਆਹ ਵਾਲੇ 2 ਦੀ ਗੁਣਾ ਆਹ ਵਾਲੇ 3 ਨਾਲ ਕਰ ਦੋ 2 ਗੁਣਾ 3 ਲਿਖ ਲਿਆ ਆਪਾਂ ਨੇ ਤਾਂ ਹੁਣ ਦੇਖੋ ਆਪਾਂ ਇਹਨਾਂ ਦਾ 3 ਗੁਣਾ 1 3 ਆ ਗਿਆ ਇੱਥੇ ਵਿਚਾਲੇ ਜੋੜ ਹੈਗਾ ਇਹ ਜੋੜ ਲਿਖ ਲਿਆ ਇਹਨਾਂ ਦੀ ਇਹ ਦੋਨਾਂ ਦੀ ਗੁਣਾ ਕਰ ਦੋ 2 1 2 ਆਹ ਹਾ ਵਾਲਾ ਆਪਾਂ ਐਵੇਂ ਹੀ ਲਿਖ ਲਿਆ ਤੇ 2 ਦੀ ਗੁਣਾ 3 ਨਾਲ ਕਰੋ 3 2 6 ਤਾਂ ਆਪਣੇ ਕੋਲ ਦੇਖੋ ਕੀ ਆ ਗਿਆ 3 2 5 6 5 6 ਆਪਣਾ ਇਸ ਦਾ ਆਨਸਰ ਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਸੋਲਵ ਕਰਨਾ ਹੈ ਜੇਕਰ ਅਲੱਗ-ਅਲੱਗ ਹੋਣ ਇਸ ਤੇ ਹਰ ਤੇ ਦੇਖੋ ਆਪਾਂ ਪਹਿਲਾ ਵਾਲਾ ਸਵਾਲ ਸੀਗਾ ਜਿਹੜਾ ਉਹ ਸਵਾਲ ਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਸੋਲਵ ਕਰ ਸਕਦੇ ਹਾਂ ਪਰ ਜਿਹੜਾ ਆਪਾਂ ਨੇ ਹਰ ਇੱਕੋ ਜਿਹਾ ਹੋਣ ਦਾ ਜੋ ਦਾਵਾ ਕੀਤਾ ਸੀਗਾ ਵੀ ਇੱਕੋ ਜਿਹਾ ਹੋਣਾ ਹੋਵੇ ਤਾਂ ਤੁਸੀਂ ਨੇ ਕਿਵੇਂ ਕਰਨਾ ਹੈ ਉਹ ਆਪਾਂ ਨੇ ਤੁਹਾਨੂੰ ਸੌਖਾ ਕਰਵਾਉਣ ਦੇ ਮਾਰਿਆਂ ਨੇ ਆਪਾਂ ਨੇ ਤੁਹਾਨੂੰ ਦੱਸ ਦਿੱਤਾ ਕਿ ਜੇਕਰ نیچے ਇੱਕੋ ਜਿਹਾ ਹੋਵੇ ਤਾਂ ਉੱਪਰ ਵਾਲਿਆਂ ਦਾ ਸਿੱਧਾ ਜੋੜ ਕਰ ਦਿਓ ਤਾਂ ਤੁਹਾਡਾ ਆਨਸਰ ਆ ਜਾਏਗਾ ਆਪਾਂ ਇਸ ਤਰੀਕੇ ਦੇ ਨਾਲ ਜੋ ਤੁਹਾਨੂੰ ਬਾਅਦ ਵਿੱਚ ਆਪਾਂ ਨੇ ਦੱਸਿਆ ਉਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਸੋਲਵ ਕਰ ਸਕਦੇ ਆਂ ਦੇਖੋ ਆ 2 ਦੀ ਗੁਣਾ ਆ 1 ਨਾਲ ਕਰਾਂਗੇ 2 1 ਵਿਚਾਲੇ ਜੋੜ ਹੈਗਾ ਵਿਚਾਲੇ ਜੋੜ ਪਾ ਲਿਆ ਆ 2 ਦੀ ਗੁਣਾ 1 ਨਾਲ ਕਰ ਲਓ 2 1 ਇਸ ਤਰ੍ਹਾਂ ਕਰ ਲਿਆ ਆ ਵਟਾ ਲਾ ਕੇ ਆ 2 ਦੀ ਗੁਣਾ 2 ਨਾਲ ਕਰੋ 2 2 ਕਰ ਲਿਆ ਆਪਾਂ ਨੇ ਤਾਂ 2 1 2 ਜੋੜ 2 1 2 ਵਟਾ 2 2 4 ਦੇਖੋ ਕੀ ਬਣ ਗਿਆ ਉੱਪਰ ਕੀ ਬਣ ਗਿਆ 2 ਤੇ 2 4 نیچے ਕੀ ਬਣ ਗਿਆ 4 ਦਾ 4 ਹੈਗਾ ਹੀ ਆਪਣੇ ਕੋਲ ਇਹਨਾਂ ਨੂੰ ਦੋਨਾਂ ਨੂੰ ਕੱਟ ਦੋ ਇੱਕ ਆਪਣੇ ਕੋਲ ਆਨਸਰ ਆ ਗਿਆ ਇਸ ਤਰ੍ਹਾਂ ਵੀ ਤੁਸੀਂ ਇਸ ਨੂੰ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਚਲੋ ਆਪਾਂ ਹੋਰ ਸਵਾਲ ਕਰਦੇ ਹਾਂ ਇਹ ਚਲੋ ਇਹ ਤਾਂ ਤੁਹਾਨੂੰ ਕਰਕੇ ਦਿਖਾ ਦਿੱਤਾ ਤਾਂ ਇਸ ਤੋਂ ਅੱਗੇ ਦੇਖਦੇ ਹਾਂ 2/1 ਤੇ 2/3 ਦੇਖੋ ਇਹਨਾਂ ਦਾ ਕਿਵੇਂ ਕਰਾਂਗੇ ਆਪਾਂ ਇਹਨਾਂ ਦੀ ਆਪਾਂ ਉਮੀ ਗੁਣਾ ਕਰ ਲਓ 2 ਦੀ ਗੁਣਾ 3 ਨਾਲ ਵਚਾਲੇ ਜੋੜੇਗਾ ਵਚਾਲੇ ਜੋੜ ਲਿਖਤਾ ਫਿਰ 2 ਦੀ ਗੁਣਾ 1 ਨਾਲ ਇਸੇ ਤਰ੍ਹਾਂ ਕਰਕੇ 3 ਦੀ ਗੁਣਾ 1 ਨਾਲ ਜਾਂ 1 ਦੀ ਗੁਣਾ 3 ਨਾਲ ਕਰ ਲਈ ਆਪਾਂ ਨੇ ਤਾਂ ਇਹਨਾਂ ਦਾ ਦੋਨਾਂ ਦਾ ਗੁਣਾ ਕਰੋ 3 2 6 ਵਚਾਲੇ ਜੋੜੇਗਾ ਜੋੜ ਲਿਖ ਲੋ 2 1 2 3 1 3 ਤਾਂ ਦੇਖੋ 6 2 8 3 ਆਪਣਾ ਇਸ ਦਾ ਆਨਸਰ ਆ ਗਿਆ ਚਲੋ ਆਪਾਂ ਅੱਗੇ ਦੇਖਦੇ ਆਂ ਇਹ ਤਾਂ ਫਾਰਮੂਲਾ ਦੇਖ ਤੁਹਾਨੂੰ ਆਉਣ ਲੱਗ ਗਿਆ ਇਸ ਤੋਂ ਬਾਅਦ ਆਪਾਂ ਇਸੇ ਨੂੰ ਕਰਨ ਦਾ ਹੋਰ ਫਾਰਮੂਲਾ ਦੱਸ ਦਿਆਂ ਤੁਹਾਨੂੰ ਇੱਕ ਕਿਵੇਂ ਕਰਾਂਗੇ ਦੇਖੋ ਉਹ ਆਪਾਂ ਇਸ ਤਰ੍ਹਾਂ ਵੀ ਕਰ ਸਕਦੇ ਆਂ ਦੇਖੋ ਪਹਿਲੀ ਗੱਲ ਤਾਂ ਆਪਾਂ ਉਹੀ ਫਾਰਮੂਲੇ ਨਾਲ ਕਰਕੇ ਦਿਖਾਉਨੇ ਆ ਤੁਹਾਨੂੰ ਦੇਖੋ 2 ਤੇ 1 ਦੀ ਗੁਣਾ ਕਰੋ 2 1 ਜੋੜ ਵਿਚਾਲੇ ਐਵੇਂ ਲਿਖ ਲਿਆ 1 4 ਫਿਰ ਇਹਨਾਂ ਦੀ ਗੁਣਾ ਕਰਤੀ ਆਪਾਂ ਨੇ ਵਟਾ ਲਾ ਕੇ 4 2 ਜਾਂ 2 4 ਕਰ ਲਿਆ ਆਪਾਂ ਨੇ 2 1 2 ਵਿਚਾਲੇ ਜੋੜ ਹੈਗਾ ਇਹ ਫਿਰ 1 4 ਕਰ ਲਿਆ 4 ਆ ਗਿਆ ਤੇ 2 4 8 ਹੋ ਗਿਆ ਆਪਣੇ ਕੋਲ ਤਾਂ ਦੇਖੋ 4 ਤੇ 2 6 8 ਜਾਂ ਤਾਂ ਇਸ ਨੂੰ 6 8 ਲਿਖ ਲਓ ਜਾਂ ਫਿਰ ਜੇਕਰ ਹੋਰ ਕੱਟ ਦੀਏਗਾ ਇਹ ਇਸ ਨੂੰ ਹੋਰ ਕੱਟ ਦੋ 6 ਦਾ ਅੱਧ ਤਿੰਨ ਕਰ ਲਓ ਮਤਲਬ ਕਿ 2 3 ਵਾਈਡ ਕਰ ਰਹੇ ਆਪਾਂ ਅੱਧ ਕਹਿ ਸਕਦੇ ਇਹਨੂੰ ਜਾਂ 8 ਦਾ ਅੱਧ 4 3/4 ਆਪਣਾ ਦੇਖੋ ਇਸ ਦਾ ਆਨਸਰ ਆ ਚੁੱਕਾ ਹੈਗਾ ਆਪਣਾ ਦੇਖੋ ਆਪਾਂ ਹੁਣ ਇਸ ਨੂੰ ਦੂਜੇ ਤਰੀਕੇ ਦੇ ਨਾਲ ਜੋ ਤੁਹਾਨੂੰ ਨਵਾਂ ਤਰੀਕਾ ਦੱਸਣਾ ਹੈਗਾ ਉਸ ਤਰੀਕੇ ਦੇ ਨਾਲ ਵੀ ਕਰਕੇ ਦਿਖਾਣੇ ਆਂਗੇ ਇਸ ਨੂੰ ਐਲਸੀਐਮ ਲੈ ਕੇ ਕਰਾਂਗੇ ਹੁਣ ਆਪਾਂ ਇਸ ਨੂੰ ਸੋ ਜੇਕਰ ਤੁਹਾਨੂੰ ਸਪੀਡ ਜ਼ਿਆਦਾ ਲੱਗ ਰਹੀ ਹੈ ਤਾਂ ਤੁਸੀਂ ਆਪਣੀ ਉੱਥੋਂ YouTube ਦੇ ਉੱਤੋਂ ਇਸ ਨੂੰ ਮੇਨਟੇਨ ਕਰ ਸਕਦੇ ਹੋ ਸੋ ਨਾਲ ਦੀ ਨਾਲ ਇਹਨਾਂ ਫਾਰਮੂਲਿਆਂ ਨੂੰ ਤੁਸੀਂ ਕਾਪੀ ਦੇ ਵਿੱਚ ਉਤਾਰਦੇ ਰਹੋ ਜੋੜ ਘਟਾ ਗੋਣਾ ਵੰਡੇ ਵਾਲੇ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਸਭ ਨੂੰ ਕਰੋ ਤੁਸੀਂ ਤੇ ਜਾਂ ਫਿਰ ਸਕਰੀਨਸ਼ਾਟ ਤੁਸੀਂ ਇਸ ਦਾ ਲੈ ਸਕਦੇ ਹੋ ਵੈਸੇ ਕਾਪੀਆਂ ਦੇ ਉੱਤੇ ਜੇਕਰ ਉਤਾਰੋਗੇ ਤਾਂ ਇਸ ਨੂੰ ਲੌਂਗ ਟਾਈਮ ਵੀ ਰੱਖ ਸਕਦੇ ਹੋ ਤੁਸੀਂ ਤੇ ਨਾਲ ਹੀ ਤੁਹਾਡੀ ਪ੍ਰੈਕਟਿਸ ਵੀ ਹੋਏਗੀ ਜਦੋਂ ਤੁਸੀਂ ਉਤਾਰੋਗੇ ਠੀਕ ਹੈ ਜੀ ਤੇ ਵੀਡੀਓ ਨੂੰ ਜ਼ਰੂਰ ਪੂਰੀ ਦੇਖ ਲੈਣਾ ਦੇਖੋ ਹੁਣ ਆਪਾਂ ਕਿਵੇਂ ਕਰਾਂਗੇ ਇਸ ਨੂੰ ਨੀਚੇ ਵਾਲੇ ਦੇਖੋ 2 ਤੇ 4 ਨੇ ਆਪਣੇ ਕੋਲ ਇਹਨਾਂ ਦਾ ਦੋਨਾਂ ਦਾ 2 ਤੇ 4 ਦਾ ਆਪਾਂ ਐਲਸੀਐਮ ਲੈ ਲਾਂਗੇ 2 ਤੇ 4 ਦਾ ਐਲਸੀਐਮ ਲੈ ਲਾਂਗੇ 2 ਤੇ ਭੇਜੋ 1 ਆ ਗਿਆ ਇੱਥੇ 2 ਆ ਗਿਆ ਫਿਰ ਦੋਤੇ ਤੇ ਜੋ ਇੱਥੇ ਇੱਕ ਇੱਥੇ ਵੀ ਇੱਕ ਕਿੰਨਾ ਬਣ ਗਿਆ ਆਪਣੇ ਕੋਲ 2 2 4 ਆਪਣੇ ਕੋਲ ਐਲਸੀਐਮ ਆ ਗਿਆ ਇਹਨਾਂ ਦੋਨਾਂ ਦਾ 4 ਜਿਹੜਾ ਆਪਣੇ ਕੋਲ ਐਲਸੀਐਮ ਆ ਗਿਆ ਆਪਾਂ ਹੁਣ ਇਸ ਦੇ ਨਾਲ ਇਹਨਾਂ ਨੂੰ ਸੋਲਵ ਕਰਾਂਗੇ ਦੇਖੋ ਪਹਿਲਾਂ ਆਪਾਂ ਨੇ ਇਹ ਵਾਲਾ 1/2 ਲਿਖ ਲਿਆ ਠੀਕ ਹੈ ਜੀ ਦੇਖੋ ਇੱਥੇ 1/4 ਆਏਗਾ ਆਪਣਾ ਇਸ ਨੂੰ ਆਪਾਂ ਐਵੇਂ ਲਿਖ ਲਓ ਅਸਲ ਦੇ ਵਿੱਚ ਆਪਣਾ ਐਲਸੀਐਮ ਲੈਣ ਦਾ ਮਤਲਬ ਇਹ ਹੈਗਾ ਵੀ ਆਪਾਂ ਨੇ ਨੀਚੇ ਇੱਕੋ ਜਿਹਾ ਬਣਾਣਾ ਹੈਗਾ ਦੇਖੋ ਇੱਥੇ 4 ਹੈਗਾ ਆਪਾਂ ਇੱਥੇ ਵੀ 4 ਬਣਾ ਦਾਂਗੇ ਜਦੋਂ ਇੱਕੋ ਜਿਹਾ ਹੋ ਗਏ ਤਾਂ ਆਪਾਂ ਨੂੰ ਪਤਾ ਹੈਗਾ ਆਪਾਂ ਹਰ ਇੱਕੋ ਜਿਹਾ ਹੋ ਜਾਣਗੇ ਹਰ ਹਰ ਜਦੋਂ ਇੱਕੋ ਜਿਹਾ ਹੋ ਗਏ ਤਾਂ ਇਸ ਦਾ ਜੋੜ ਕਰਨਾ ਸੌਖਾ ਹੋ ਜਾਏਗਾ ਦੇਖੋ ਇਸ ਦੀ ਉੱਪਰ ਉੱਪਰ ਵੀ ਪਹਿਲਾਂ ਨੀਚੇ ਆਪਾਂ 4 ਬਣਾਣੇ ਹੈਗਾ ਕਿਉਂਕਿ ਇੱਥੇ 4 ਹੈਗਾ ਤਾਂ ਆਪਾਂ ਕੀ ਕਰਾਂਗੇ ਇਹਨੂੰ 4 ਬਣਾਉਣ ਵਾਸਤੇ 2 ਦੇ ਨਾਲ ਗੁਣਾ ਕਰ ਦਾਂਗੇ ਆਪਾਂ ਨੇ 4 ਤਾਂ ਬਣਾਇਆ ਕਿਉਂਕਿ ਆਪਣਾ ਐਲਸੀਐਮ 4 ਆਇਆ ਹੈ ਠੀਕ ਹੈ ਜੀ ਐਲਸੀਐਮ ਜਦੋਂ ਆਪਣਾ 4 ਆ ਗਿਆ ਤਾਂ ਆਪਾਂ ਇਸ ਤਾਂ ਨੀਚੇ ਵਾਲਾ ਇਹਦਾ 4 ਬਣਾ ਲਾਂਗੇ ਨੀਚੇ ਵਾਲਾ 4 ਬਣਾਉਣ ਵਾਸਤੇ ਆਪਾਂ ਨੂੰ 2 ਦੇ ਨਾਲ ਗੁਣਾ ਕਰਨੀ ਪਈ ਤਾਂ ਕਰਕੇ 2 ਦੇ ਨਾਲ ਉੱਪਰ ਗੁਣਾ ਕਰ ਦਿਓ ਇਸਦੀ ਵਿਚਾਲੇ ਕੀ ਸੀ加 ਜੋੜ ਐਵੇਂ ਜੋੜ ਲਿਖ ਦਿਓ 2 1 2 2 2 4 ਆ ਵਿਚਾਲੇ ਜੋੜ ਸੀਗਾ ਜੋੜ ਲਿਖ ਲਿਆ 1 4 ਐਵੇਂ ਲਿਖ ਲਓ ਦੇਖੋ ਨੀਚੇ 4 ਆ ਗਿਆ ਮਤਲਬ ਕਿ ਆਪਣਾ ਹਰ ਸੇਮ ਹੋ ਗਿਆ ਤਾਂ ਆਪਾਂ ਸਾਰਿਆਂ ਨੂੰ ਪਹਿਲੇ ਵਾਲੇ ਫਾਰਮੂਲੇ ਤੇ ਚੱਲੇ ਜਾਵਾਂਗੇ ਪਹਿਲਾਂ ਵਾਲੇ ਫਾਰਮੂਲੇ ਤੇ ਜਾਣ ਦੇ ਵਾਸਤੇ ਨੀਚੇ ਵਾਲਿਆਂ ਦੇ ਵਿੱਚੋਂ ਸਮਝੌਤਾ ਕਰਵਾ ਕੇ ਇੱਕ ਚੌਕਾ ਲੈ ਆਓ ਇਹਨਾਂ ਦੇ ਵਿੱਚੋਂ ਕਿਸੇ ਤਰ੍ਹਾਂ ਆਪਾਂ ਨੇ ਲਿਖ ਲਿਆ ਲਿਆ ਕੇ 2 ਤੇ 1 ਦਾ ਜੋੜ ਕਰ ਦੋ 2 ਤੇ 1 ਦਾ ਜੋੜ ਕਰਕੇ ਆਪਣੇ ਕੋਲ ਆ ਗਿਆ 3 ਤਾਂ ਦੇਖੋ ਪਿਛਲੇ ਵਿੱਚ ਵੀ ਆਪਣਾ 3/4 ਆਨਸਰ ਆਇਆ ਸੀਗਾ ਦੇਖੋ 6/8 ਸੀਗਾ ਆਪਾਂ ਨੇ ਉਸ ਨੂੰ ਕੱਟਿਆ ਸੀਗਾ ਇਹਦਾ ਅੱਧ ਕਰਕੇ 3 ਆ ਗਿਆ ਸੀਗਾ ਇਹਦਾ ਅੱਧ ਕਰਕੇ ਆਪਣਾ 4 ਆ ਗਿਆ ਸੀਗਾ 3/4 ਆਪਣਾ ਆਨਸਰ ਆ ਗਿਆ ਸੀਗਾ ਦਾ ਸਤਾ ਬਿੱਤਨ ਬਟਾ ਚਾਰ ਆ ਰਿਹਾ ਠੀਕ ਹੈ ਤਾਂ ਤੁਸੀਂ ਇਸ ਨੂੰ ਕਰ ਸਕਦੇ ਹੋ ਇਸ ਦਾ ਜੋ ਇਹ ਸਵਾਲ ਹੈਗਾ ਇਸ ਨੂੰ ਤੁਸੀਂ ਨੇ ਆਪਣੇ ਹਿਸਾਬ ਨਾਲ ਸੋਲਵ ਕਰਨਾ ਹੈਗਾ ਤੇ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਦੇਣਾ ਹੈਗਾ ਤੁਹਾਡਾ ਇਹ ਹੋਮਵਰਕ ਹੈਗਾ ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਘਟਾ ਦੀ ਘਟਾ ਅਤੇ ਜੋੜ ਦੇ ਵਿੱਚ ਕੋਈ ਖਾਸ ਫਰਕ ਨਹੀਂ ਦੋਨੋਂ ਇੱਕੋ ਜਿਹੀ ਚੱਲਦੇ ਨੇਗੇ ਫਰਕ ਬਸ ਨਿਸ਼ਾਨੀ ਦਾ ਹੋਏਗਾ ਦੇਖੋ ਆਪਾਂ ਕੀ ਕਰਦੇ ਹੁੰਦੇ ਸੀ ਕਿ ਇੱਥੇ ਇਸ ਸਾਰੇ ਸਵਾਲ ਨੂੰ ਆਪਾਂ ਸੋਲਵ ਕਰਦੇ ਹਾਂ ਹੋਇਆ ਇੱਥੇ ਬਾਅਦ ਦੇ ਵਿੱਚ ਜੋ ਆਪਣਾ ਇੱਥੇ ਵਾਲੀ ਨਿਸ਼ਾਨੀ ਸੀ ਕਿ ਇੱਥੇ ਜੋੜ ਲਿਖਦੇ ਸੀਗੇ ਇੱਥੇ ਵੀ ਜੋੜ ਤਾਂ ਆਪਾਂ ਨੇ ਹੁਣ ਕੀ ਕਰਨਾ ਹੋਏਗਾ ਘਟਾਅ ਵਾਲੇ ਦੇ ਵਿੱਚ ਆਪਾਂ ਨੇ ਇੱਥੇ ਬਸ ਘਟਾਅ ਲਿਖਣਾ ਹੋਏਗਾ ਠੀਕ ਹੈ ਜੀ ਤਾਂ ਦੇਖੋ ਤੁਹਾਨੂੰ ਫਾਰਮੂਲਾ ਇਸ ਤਰ੍ਹਾਂ ਦੱਸ ਦਿਆਂ ਕੋਈ ਸਵਾਲ ਤੇ ਲਾ ਕੇ ਦੇਖੋ ਪਹਿਲਾ ਉਹੀ ਆਪਾਂ 1/2 ਤੋਂ ਹੀ ਲੈ ਕੇ ਚੱਲਾਂਗੇ ਦੇਖੋ نیچے ਵਾਲੇ ਸੇਮ ਨੇ ਜਦੋਂ نیچے ਵਾਲੇ ਸੇਮ ਨੇ ਤਾਂ ਸੇਮ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਇੱਕ ਲਿਖ ਲਾਂਗੇ ਤਾ ਉੱਪਰ ਕੀ ਕਰ ਦਾਂਗੇ 1/1 ਕਰ ਦਾਂਗੇ ਕਿਉਂਕਿ ਦੇਖੋ 1 ਨੇ ਦੋਨੋਂ ਉੱਪਰ ਲੈਂਦਾ ਘਟਾਓ ਕਰਦੇ ਹੁੰਦੇ ਆ 0/2 ਆ ਗਏ ਤਾਂ ਮਤਲਬ ਕਿ ਆਪਣਾ ਆਨਸਰ 0 ਆ ਗਿਆ ਦੇਖੋ ਜੇਕਰ ਤੁਹਾਨੂੰ ਸਿੰਪਲ ਸ਼ਬਦਾਂ ਦੇ ਵਿੱਚ ਦੱਸੀਏ ਮੰਨ ਲਓ ਆਪਣੇ ਕੋਲ ਅੱਧੀ ਰੋਟੀ ਹੈ ਅੱਧੀ ਰੋਟੀ ਦੇ ਵਿੱਚੋਂ ਵੀ ਕੋਈ ਖੋ ਕੇ ਲੈ ਗਿਆ ਤਾਂ ਆਪਣੇ ਕੋਲ ਕੀ ਬਚ ਗਈ 0 ਠੀਕ ਹੈ ਨਾ ਮਤਲਬ ਕਿ ਆਪਣੇ ਕੋਲ ਅੱਧੀ ਚੀਜ਼ ਹੈ ਅੱਧੀ ਦੇ ਵਿੱਚੋਂ ਵੀ ਅੱਧੀ ਕੋਈ ਖੋ ਕੇ ਲੈ ਗਿਆ ਤਾਂ ਆਪਣੇ ਕੋਲ 0 ਬਚ ਗਿਆ ਜੇਕਰ ਮੈਂ 1 ਦੇ ਵਿੱਚੋਂ 1 ਘਟਾ ਦਿੰਦੇ ਸੀਗੇ ਤਾਂ ਆਪਣੇ ਕੋਲ 0 ਆ ਜਾਂਦਾ ਸੀਗਾ ਇਸੇ ਤਰ੍ਹਾਂ ਅੱਧਾ ਹੈਗਾ 1/2 ਹੈ 1/2 ਦੇ ਵਿੱਚੋਂ 1/2 ਘਟਾਤਾ ਤਾਂ 0 ਆ ਗਿਆ ਇਸ ਨੂੰ ਆਪਾਂ ਦੂਜੇ ਤਰੀਕੇ ਦੇ ਨਾਲ ਵੀ ਕਰ ਸਕਦੇ ਹਾਂ ਉਹੀ ਫਾਰਮੂਲੇ ਦੇ ਹਿਸਾਬ ਨਾਲ ਦੇਖੋ 2 1 ਇੱਥੇ ਵਿਚਾਲੇ ਘਟਾ ਸੀਗਾ ਘਟਾ ਦਾ ਘਟਾ ਲਿਖ ਲਿਆ ਫਿਰ 2 1 2 2 ਤਾਂ ਪਰ 2 ਆ ਗਿਆ कटा 2 4 ਦੋ ਦੇ ਵਿੱਚੋਂ ਦੋ ਗਏ 0 4 ਜੇਕਰ ਉੱਪਰ 0 ਹੋਵੇ ਤਾਂ ਅਨਸਰ 0 ਆ ਜਾਂਦਾ ਹੈਗਾ ਸੋ ਇਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਤਾਂ ਦੇਖੋ ਅਲੱਗ ਅਲੱਗ ਹੋਣ ਜੇਕਰ ਹਰ ਪਹਿਲਾਂ ਤਾਂ ਆਪਾਂ ਨੇ ਹਰ ਇੱਕੋ ਜੇ ਵਾਲਾ ਕਰਵਾਤਾ ਤੁਹਾਨੂੰ ਕਰਵਾ ਦਿੱਤਾ ਦੋਨੋਂ ਤਰੀਕਿਆਂ ਦੇ ਨਾਲ ਪਰ ਹੈਗਾ ਸੀਗਾ ਹਰ ਇੱਕੋ ਜਿਹਾਂ ਵਾਲਾ ਇੱਕੋ ਜਿਹਿਆਂ ਵਾਲਾ ਤਾਂ ਹੁਣ ਦੇਖੋ ਆਪਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਤੁਸੀਂ ਐਲਸੀਐਮ ਵੀ ਲੈ ਸਕਦੇ ਹੋ ਦੋਨਾਂ ਦਾ ਤੇ ਜਾਂ ਫਿਰ ਤੁਸੀਂ ਇਸ ਨੂੰ ਅ ਕਾਟ ਹੀ ਗੋਣਾ ਕਰਕੇ ਵੀ ਕਰ ਸਕਦੇ ਹੋ ਉਹ ਕਿਵੇਂ ਕਰੋਗੇ ਦੇਖੋ ਤੁਹਾਨੂੰ ਉਹ ਕਰਕੇ ਦਿਖਾ ਦਿੰਨੇ ਆਪਾਂ ਇੱਕ ਸਵਾਲ 5 7 ਇੱਥੇ ਵਿਚਾਲੇ ਘਟਾ ਆਏਗਾ ਘਟਾ ਲਿਖ ਲੋ ਇਹਨਾਂ ਨੂੰ ਕਰ ਲਓ ਹੁਣ 4 3 बटे ਦੇ ਵਿੱਚ ਲਿਖ ਲੋ 7 3 ਜਾਂ 3 7 ਲਿਖ ਲਿਆ ਆਪਾਂ ਨੇ 5 7 35 ਖਟਾ 4 3 12 7 3 21 ਇਹਨਾਂ ਦੇ ਵਿੱਚੋਂ 35 ਦੇ ਵਿੱਚੋਂ 12 ਘਟਾ ਦਿਓ ਇਹ ਤੁਹਾਡਾ ਆਪਣਾ ਆਨਸਰ ਆ ਜਾਏਗਾ ਠੀਕ ਹੈ ਜੀ ਤੇ ਤੁਸੀਂ ਨੇ ਹਾਂ ਜਿਹੜੇ ਆਪਾਂ ਇਸ ਤਰ੍ਹਾਂ ਆਨਸਰ ਆਪਾਂ ਕੱਢਣਾ ਛੱਡ ਦਿੰਦੇ ਹਾਂਗੇ ਉਹ ਤੁਸੀਂ ਸੋਲਵ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਆ ਕਰੋ ਠੀਕ ਹੈ ਜੀ ਤੇ ਦੇਖੋ ਤੁਸੀਂ ਇਹ ਵੀ ਇਸੇ ਤਰ੍ਹਾਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਐਲਸੀਐਮ ਲੈ ਕੇ ਇਸ ਨੂੰ ਸੋਲਵ ਕਰ ਸਕਦੇ ਹੋ ਐਲਸੀਐਮ ਕਿਵੇਂ ਲੈਣਾ ਹੋਏਗਾ 4 ਤੇ 6 ਲਿਖ ਲਓਗੇ ਤੁਸੀਂ 4 ਤੇ 6 ਲਿਖਣ ਦੇ ਵਾਸਤੇ ਕੀ ਕਰੋਗੇ ਤੁਸੀਂ ਦੋ ਦੇ ਉੱਤੇ ਭੇਜੋਗੇ ਇਹਨਾਂ ਦਾ ਕੱਟਣ ਇਹਨਾਂ ਦਾ LCM ਲੈਣ ਦੇ ਵਾਸਤੇ 4 ਦਾ 2 6 ਦਾ 3 ਫਿਰ ਦੋ ਤੇ ਭੇਜ ਦੋ ਇਸ ਨੂੰ ਦੋ ਤੇ ਆਪਾਂ ਜਦੋਂ ਭੇਜ ਦਾਂਗੇ ਇਸ ਨੂੰ ਦੋ ਤੇ ਭੇਜ ਕੇ ਇੱਥੇ ਇੱਕ ਆ ਜਾਏਗਾ ਇੱਥੇ ਤਿੰਨ ਫਿਰ ਤਿੰਨ ਤੇ ਭੇਜ ਦਾਂਗੇ ਇਸ ਨੂੰ ਫਿਰ ਆਪਣੇ ਕੋਲ ਇੱਕ ਤੇ ਇੱਕ ਬਚ ਜਾਏਗਾ ਇਹਨਾਂ ਦੀ ਗੁਣਾ ਕਰ ਲੋ 3 2 6 2 12 ਠੀਕ ਹੈ ਜੀ ਇਸ ਦਾ ਮਤਲਬ ਐਲਸੀਐਮ ਦਾ ਮਤਲਬ ਇਹ ਹੁੰਦਾ ਹੈਗਾ ਇਹ ਦੋਨਾਂ ਦਾ ਜੇਕਰ ਆਪਾਂ ਪਹਾੜਾ ਪੜਦੇ ਜਾਈਏ ਤਾਂ 12 ਤੇ ਜਾ ਕੇ ਇਕੱਠੇ ਹੋਣਗੇ ਮਤਲਬ ਕਿ ਪਹਿਲਾਂ ਇਹਨਾਂ ਦਾ ਮਿਲਣ ਹੋਏਗਾ ਜੋ ਦੋਨਾਂ ਦਾ ਉਹ 12 ਤੇ ਜਾ ਕੇ ਹੋਏਗਾ ਇਹਨਾਂ ਦਾ 12 ਐਲਸੀਐਮ ਆ ਗਿਆ ਆਪਣਾ 12 ਜਦੋਂ ਆਪਣੇ ਕੋਲ ਐਲਸੀਐਮ ਆ ਗਿਆ ਤਾਂ ਆਪਾਂ نیچے 12 ਬਣਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਤੁਹਾਨੂੰ ਇਹ ਸਵਾਲ ਆਪਾਂ ਕੰਪਲੀਟ ਕਰਕੇ ਦਿਖਾ ਦਿੰਨੇ ਆਂ ਦੇਖੋ 3/4 ਲਿਖ ਲਿਆ ਇੱਥੇ ਘਟਾ ਸੀਗਾ ਆਪਾਂ ਨੇ ਵਿਚਾਲੇ ਜਿਹਾ ਘਟਾ ਲਿਖ ਲਿਆ ਇੱਥੇ ਆਪਾਂ ਨੇ ਕੀ ਕਰਤਾ 5/ 6 ਲਿਖ ਲਿਆ ਆਪਣਾ ਐਲਸੀਐਮ 12 ਆਇਆ ਸੀ ਇਹ ਤੁਸੀਂ ਨੇ ਚੇਤੇ ਰੱਖਣਾ ਹੈਗਾ ਦੇਖੋ ਐਲਸੀਐਮ 12 ਆਇਆ ਸੀਗਾ ਤਾਂ ਆਪਾਂ ਹੁਣ ਕੀ ਕਰਾਂਗੇ ਨੀਚੇ 12 ਬਣਾਣੇਗਾ ਦੋਨੇ ਪਾਸੇ ਜਦੋਂ ਨੀਚੇ ਦੋਨੇ ਪਾਸੇ ਇੱਕੋ ਜਿਹਾ ਹੋ ਗਿਆ ਤਾਂ ਆਪਾਂ ਨੂੰ ਕੋਈ ਚਿੰਤਾ ਵਾਲੀ ਗੱਲ ਤਾਂ ਨਹੀਂ ਰਹੇਗੀ ਨੀਚੇ 12 ਬਣਾਉਣ ਦੇ ਵਾਸਤੇ ਕੀ ਕਰਾਂਗੇ 4 3 12 ਹੁੰਦਾ ਤਿੰਨ ਦੇ ਨਾਲ ਗੁਣਾ ਕਰਾਂਗੇ ਜਿੰਨੇ ਦੀ ਗੁਣਾ ਨੀਚੇ ਕਰੋਗੇ ਓਨੇ ਦੀਏ ਤੁਸੀਂ ਨੇ ਉੱਪਰ ਕਰ ਦੇਣੀ ਹੈ ਦੇਖੋ ਹੁਣ ਨੀਚੇ ਆਪਾਂ ਨੇ 12 ਬਣਾਉਣੇ ਦੋ ਨਾਲ ਗੁਣਾ ਕਰਨੀ ਪੈਗੀ ਤਾਂ ਆਪਾਂ 2 ਦੀ ਗੁਣਾ ਵੀਪਰ ਕਰਦਾਂਗੇ ਤਾਂ ਦੇਖੋ ਆਪਣੇ ਕੋਲ ਕੀ ਬਣ ਗਿਆ ਹੁਣ ਇਹਨਾਂ ਨੂੰ ਵਟਿਆਂ ਨੂੰ ਵੱਟੇ ਕਰ ਲਓ ਹੁਣ 3 ਦੀ ਗੁਣਾ 3 ਨਾਲ ਕੀਤੀ 9 4 3 12 ਵਿਚਾਲੇ ਘਟਾ ਦੇ ਨਿਸ਼ਾਨੀ ਸੀਗੀ ਘਟਾਇ ਮੀਨ ਲਖ ਲਓ 5 2 10 ਨੀਚੇ 12 ਹੀ ਸੀਗਾ ਤਾਂ ਹੁਣ ਦੇਖੋ ਤੁਸੀਂ ਕੀ ਕਰੋਗੇ ਨੀਚੇ ਵਾਲਿਆਂ ਦਾ ਕਰਵਾ ਕੇ ਸਮਝੋ ਤਾਂ ਉਹਨਾਂ ਦੇ ਵਿੱਚੋਂ 1 12 ਲਿਖ ਲਾਂਗੇ ਉੱਪਰ ਵਾਲਿਆਂ ਦਾ ਤੁਸੀਂ ਘਟਾ ਕਰਕੇ ਲਿਖ ਦੋਗੇ ਜੇਕਰ ਦੇਖੋ ਛੋਟੀ ਦੇ ਵਿੱਚੋਂ ਵੱਡੀ ਸੰਖਿਆ ਘਟਾਈ ਜਾਵੇ ਤੱਕ ਢਾਹਦੀ ਆ ਜੇਗੀ ਅਨਸਰ ਤੁਸਨ ਪਤਾ ਹੀ ਹੈ ਕਿੰਨਾ ਆਏਗਾ ਘਟਾ ਲਏਗਾ 9 ਦੇ ਵਿੱਚੋਂ 10 ਤਾਂ ਅੱਗੇ ਦੇਖੋ ਇਸ ਦਾ ਤੁਸੀਂ ਐਲਸੀਐਮ ਲੈ ਕੇ ਵੀ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ 6 3 2 7 ਲਿਖ ਕੇ 3 7 ਲਿਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਕਰ ਲੈਣਾ ਹੈਗਾ ਕਮੈਂਟ ਬਾਕਸ ਦੇ ਵਿੱਚ ਸਵਾਲ ਜਰੂਰ ਦਿਓ ਤੇ ਉਸ ਤੋਂ ਬਾਅਦ ਆਪਣਾ ਪੁਆਇੰਟ ਆ ਜਾਂਦਾ ਹੈਗਾ ਗੁਣਾ ਦਾ ਆਪਣਾ ਜੋੜ ਹੋ ਗਿਆ ਘਟਾ ਹੋ ਗਿਆ ਇਹ ਤਾਂ ਦੋਨੇ ਹੋ ਗਏ ਇਹ ਤਾਂ ਦੋਨੇ ਨੇ ਇੱਕੋ ਜੇ ਇੱਕੋ ਤੱਕੜੀ ਦੇ ਬੱਟੇ ਨੇ ਇਹ ਦੋਨੇ ਤੇ ਜਿਹੜਾ ਆ ਗਈ ਆਪਣੇ ਕੋਲ ਗੁਣਾ ਤੇ ਵੰਡ ਇਹ ਦੋਨੋਂ ਇੱਕੋ ਤੱਕੜੀ ਦੇ ਠੀਕ ਹੈ ਜੀ ਤੇ ਤਾਂ ਆਪਾਂ ਇਹਨਾਂ ਦਾ ਦੇਖੋ ਕਿਵੇਂ ਕਰਾਂਗੇ ਜੋੜ ਦਾ ਸਬੰਧ ਘਟਾਓ ਨਾਲ ਸੀਗਾ ਮਤਲਬ ਕਿ ਆਪਾਂ ਵਿਚਾਲੇ ਨਿਸ਼ਾਨੀ ਦਾ ਹੀ ਫਰਕ ਸੀਗਾ ਇਹਦੇ ਵਿੱਚ ਵੀ ਤੁਸੀਂ ਹੁਣ ਕੀ ਦੇਖੋਗੇ ਦੇਖੋ 1/2 ਦੇ ਹੀ ਕਰਨੇ ਗੁਣਾ ਸਾਰਿਆਂ ਤੋਂ ਸੌਖੀ ਹੋਏਗੀ ਜੋੜ ਦੇ ਵਿੱਚ ਇੰਨੇ ਆਪਾਂ ਨੇ ਪਾਪੜ ਬਿਲ ਨੇ ਪਾਏ ਘਟਾ ਦੇ ਵਿੱਚ ਵੀ ਗੁਣਾ ਦੇ ਵਿੱਚ ਜਮੀ ਸੌਖੇ ਰਹੋਗੇ ਤੁਸੀਂ ਦੇਖੋ ਕਿਵੇਂ ਇਹਦੀ ਗੁਣਾ ਇਹਦੇ ਨਾਲ ਕਰ ਦੋ ਇਹਦੀ ਇਹਦੇ ਨਾਲ ਮਤਲਬ ਕਿ 1 1 2 2 ਉੱਪਰਲੇ ਦੀ ਗੁਣਾ ਕਰੋ 1 2 ਨਾ ਦੀ ਨੀਚੇ ਵਾਲੇ ਨਹੀਂ ਕਰੋ 2 2 4 ਇਹ ਬਸ ਆਪਣੀ ਗੁਣਾ ਸੀਗੀ ਗੁਣਾ ਦੇ ਵਿੱਚ ਤਾਂ ਇੰਨਾ ਹੀ ਸੀਗਾ ਕੰਮ ਤੇ ਅੱਗੇ ਦੇਖੋ ਗੁਣਾ ਦੇ ਵਿੱਚ ਤੁਸੀਂ ਕੀ ਕਰੋਗੇ ਉੱਪਰਲੇ ਦੀ ਗੁਣਾ 5 4 ਉੱਪਰਲੇ ਦੀ ਉੱਪਰਲੇ ਨਾਲ ਨੀਚੇ ਵਾਲੇ ਦੇ نیچے ਨਾਲ 6 7 5 4 20 ਨੀਚੇ ਵਾਲਾ ਆ ਗਿਆ 7 6 42 ਠੀਕ ਹੈ ਇਹਨਾਂ ਨੂੰ ਜੇਕਰ ਕੱਟਦੇ ਨੇ ਇਹਨਾਂ ਨੂੰ ਕੱਟ ਸਕਦੇ ਹੋਂ ਕਿੰਨੇ ਦੇ ਪਹਾੜੇ ਦੇ ਵਿੱਚ ਆਉਂਦੇ ਨੇ ਜੇਕਰ ਨਹੀਂ ਵੀ ਆਉਂਦੇ ਦੇਖੋ ਪਹਿਲੀ ਗੱਲ ਤਾਂ ਤੁਸੀਂ ਕੀ ਕਰਦੇ ਹੋ ਹੁੰਨੇ 2 ਤੇ ਕੱਟਣ ਦੀ ਕੋਸ਼ਿਸ਼ ਕਰਿਆ ਕਰੋ 2 ਤੇ ਕੱਟਣ ਦੀ ਕੋਸ਼ਿਸ਼ ਇਹਦਾ ਅੱਧ ਕਰਾਂਗੇ 2 ਦਾ ਕੱਟਣ ਦਾ ਮਤਲਬ ਅੱਧ ਹੁੰਦਾ ਹੈ ਕੱਟ ਕੇ 10 ਆ ਗਿਆ 42 ਦਾ ਅੱਧ ਕਿੰਨਾ ਹੁੰਦਾਗਾ 21 ਹੁੰਦਾਗਾ ਠੀਕ ਹੈ ਇਸ ਤਰ੍ਹਾਂ ਤੁਸੀਂ ਇਸ ਤੋਂ ਬਾਅਦ ਤਾਂ ਦੇਖੋ ਕੱਟਦੇ ਨਹੀਂ ਹੈਗੇ ਇਹ ਜੇਕਰ ਕੱਟਦੇ ਹੋਣਗੇ ਤਾਂ ਤੁਸੀਂ ਕੱਟ ਲਿਆ ਕਰੋ ਇਹਨਾਂ ਨੂੰ ਤਾਂ ਅੱਗੇ ਦੇਖੋ ਕਿਵੇਂ ਕਰਾਂਗੇ ਇਹਦੀ ਗੁਣਾ ਇਹਦੇ ਨਾਲ ਕਰਨੀ ਹੈ ਇਹਦੀ ਗੁਣਾ ਇਹਦੇ ਨਾਲ ਕਰਨੀ ਹੈ ਮਤਲਬ ਕਿ 7 9 ਮਟਾ 5 8 ਠੀਕ ਹੈ ਇਹ ਤੁਸੀਂ ਨੇ ਆਪਣੀਆਂ ਕਾਪੀਆਂ ਦੇ ਵਿੱਚ ਸੋਲਵ ਕਰ ਕਰਕੇ ਦੇਖਣ ਨੇ ਜੇਕਰ ਤੁਹਾਨੂੰ ਸਾਰੇ ਹੀ ਇੱਥੇ ਕਰਵਾ ਦਿੱਤੇ ਤਾਂ ਤੁਸੀਂ ਕਾਪੀਆਂ ਰੱਖ ਦੋਗੇ ਇਸ ਤੋਂ ਬਾਅਦ ਅਗਲੇ ਦਿਨਾਂ ਵਾਲੀ ਅਗਲੀ ਕਲਾਸ ਦੇ ਵੇਲੇ ਮੋਬਾਈਲ ਚੱਕੋਗੇ ਨਹੀਂ ਤੁਹਾਡੇ ਵਾਸਤੇ ਕੁਝ ਹੋਈ ਜਾਵੇ ਇਹਨਾਂ ਦੀ ਗੁਣਾ ਤੁਸੀਂ ਨੇ ਕਰ ਲੈਣੀ ਹੈਗੀ ਤਾਂ ਇਸ ਤੋਂ ਅਗਲਾ ਪੋਰਸ਼ਨ ਆ ਗਿਆ ਆਪਣਾ ਬੰਡ ਦਾ ਦੇਖੋ ਬੰਡ ਦੇ ਵਿੱਚ ਕੀ ਕਰਨਾ ਹੈਗਾ ਆਪਾਂ ਨੇ ਇਹਨਾਂ ਨੂੰ ਆਪਾਂ ਬੰਡ ਤੇ ਗੁਣਾ ਦੇਖੋ ਤੁਹਾਨੂੰ ਦੱਸਿਆ ਸੀਗਾ ਕਿ ਰਿਲੇਸ਼ਨ ਹੁੰਦਾ ਹੈ ਆਪਸ ਦੇ ਵਿੱਚ ਚਲੋ ਵੰਡ ਦੇਖੋ 1 ਵੰਡ 2 ਆਪਾਂ ਨੂੰ ਲਿਖ ਕੇ ਦੇਤਾ ਇਹ ਤਾਂ ਵਟਿਆਂ ਵਾਲੀ ਤਾਂ ਆਪਵਾਦ ਦੀ ਗੱਲ ਹੈਗੀ ਪਹਿਲਾਂ ਆਪਾਂ ਇੱਥੋਂ ਸਮਝਦੇ ਹਾਂ ਛੋਟੇ ਪੁਆਇੰਟ ਤੋਂ ਠੀਕ ਹੈ 1 ਵੰਡ 2 ਲਿਖਤਾ 1 ਦਾ ਮਤਲਬ ਹੁੰਦਾ ਇਹਨੂੰ ਆਪਾਂ 1 ਲਿਖ ਲਾਂਗੇ ਆ ਵੰਡ ਦਾ ਮਤਲਬ ਹੁੰਦਾ ਵਾਟਾ ਆ 2 ਆਏਗਾ ਜਿਹੜਾ ਆ ਐਵੇਂ ਲਿਖ ਲੋ ਇਹਦਾ ਮਤਲਬ ਐਵੇਂ ਹੁੰਦਾ ਹੈਗਾ ਠੀਕ ਹੈ ਵੰਡ ਕਰਨ ਦਾ ਇੱਕ ਹੋਰ ਸੌਖਾ ਤਰੀਕਾ ਦੱਸਾਂ ਦੇਖੋ ਜੇਕਰ ਆਪਾਂ ਨੂੰ ਕਹਤਾ 4 ਵੰਡ 2 4 ਵੰਡ 2 ਕਹਿੰਦਾ ਆਪਾਂ ਨੂੰ 4 ਦਾ ਮਤਲਬ 4 ਨੂੰ ਉੱਪਰ ਲਿਖ ਲਓ ਆ ਵੰਡ ਦਾ ਮਤਲਬ ਹੁੰਦਾ ਹੈਗਾ ਆਪਣਾ ਵਾਟਾ نیچے ਆ 2 ਐ 2 ਨੂੰ نیچے ਲਿਖ ਲਓ ਦੇਖੋ ਹੁਣ ਆਪਾਂ ਇਹਨਾਂ ਦਾ ਕੀ ਕਰਾਂਗੇ ਕਿੰਨੇ ਦੇ ਪਹਾੜੇ ਤੇ ਜਾਂਦੇ ਨੇ ਇਹਨੂੰ ਕਟੋ ਘੱਟ ਕੇ 2 ਆ ਗਿਆ ਇਹਨੂੰ ਕੱਟ ਕੇ 1 ਆ ਗਿਆ ਆਪਣਾ ਕੱਟ ਕੇ 1 ਆ ਗਿਆ ਮਤਲਬ ਕਿ 2 ਵਾਟਾ 1 ਬਣ ਗਿਆ 2 ਵਾਟਾ 1 ਬਣ ਗਿਆ ਜਦੋਂ ਆਪਣਾ 2 ਵਾਟਾ 1 ਨੂੰ ਆਪਾਂ 1 ਲਿਖ ਸਕਦੇ ਹੁੰਨੇ ਹਾਂ ਠੀਕ ਹੈ ਜੀ ਤਾਂ ਆਪਣਾ ਆਨਸਰ 2 ਆ ਗਿਆ ਦੇਖੋ ਆਪਣੇ ਵਟਾ ਬਣਾ ਕੇ ਆਪਣੇ ਜੰਮੀ ਸਿੰਪਲ ਇਹਨੂੰ ਸੋਲਵ ਕਰਤਾ ਨਹੀਂ ਆਪਾਂ ਜੇ ਆਪਾਂ ਨੂੰ ਸਿੰਪਲ ਸਿੱਧੀ ਵੰਡ ਕਰਨੀ ਪਿਆ ਜਾਂਦੀ ਐਵੇਂ ਵੰਡ ਦੇ ਦਿੰਦੇ ਆਪਾਂ ਕੀ ਕਰਨਾ ਸੀ ਚਾਰ ਨੂੰ ਵਿੱਚ ਲਿਖਣਾ ਸੀਗਾ ਦੋ ਨੂੰ ਬਾਹਰ ਫਿਰ ਆਪਾਂ ਕੀ ਕਰਦੇ ਦੋ ਤੇ ਪਹਾੜੇ ਦੇ ਵਿੱਚ ਜਾਂਦੇ ਤਾਂ 2 2 4 ਹੁੰਦੇਗਾ ਇਸ ਤਰ੍ਹਾਂ ਆਪਣੇ ਕੋਲ ਕਾਟੀ ਬਚਦੀ ਹੈ ਫਿਰ ਆਪਣਾ ਦੋ ਆਨਸਰ ਆਏ ਸੀਗਾ ਜਾਂ ਫਿਰ ਆਪਾਂ ਨੇ ਸਿੱਧੇ 4 2 ਕਰਕੇ ਇਸ ਦਾ ਆਨਸਰ ਕਰਤਾ ਠੀਕ ਹੈ ਤਾਂ ਇਸ ਤਾ ਜੋ ਵੰਡ ਹੁੰਦੀ ਹੈ ਵੰਡ ਦਾ ਮਤਲਬ ਹੁੰਦਾ ਹੈਗਾ ਵਟਾ ਤੁਹਾਨੂੰ ਇਹ ਦੱਸ ਦਿੱਤਾ ਤਾਂ ਆਪਾਂ ਇਹਨਾਂ ਨੂੰ ਵੀ ਭਟਿਆਂ ਦੇ ਵਿੱਚ ਲਿਖ ਲਓ ਹੁਣ 1/2 ਤੁਸੀਂ ਕਹਿੰਦੇ ਹੋਵੋਗੇ ਕਿ ਭਟੇ ਦੇ ਵਿੱਚ ਤਾਂ ਇਹ ਪਹਿਲੀ ਨੇ ਤਾਂ ਆਪਾਂ ਵੱਡੇ ਭਟੇ ਦੇ ਵਿੱਚ ਲਿਖਣਾ ਹੈ ਦੇਖੋ ਛੋਟਾ ਭਟਾ ਲਿਖ ਕੇ 4/5 ਇਸ ਤਰ੍ਹਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ ਤੇ ਜਿਹੜੀ نیچے ਹੋਗੀ ਸੰਖਿਆ ਉਸ ਨੂੰ ਆਪਾਂ ਨੇ ਪਲਟਾ ਲੈਣਾਗਾ ਬਾਅਦ ਚ ਮਤਲਬ ਕਿ ਦੇਖੋ ਸਿੱਧਾ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਆਪਾਂ ਭਟੇ ਦੇ ਵਿੱਚ ਨੀਚੇ ਸੰਖਿਆ ਹੁੰਦੀ ਹੈ ਉਹਨੂੰ ਉੱਪਰ ਲੈ ਕੇ ਜਾਣਾ ਹੋਵੇ ਤਾਂ ਉਹ ਪਲਟ ਜਾਂਦੀ ਹੈ 5/4 ਬਣ ਜੂਗੀ ਇਹ 4/5 ਸੀਗੀ ਦੇਖੋ ਉਹ 5/4 ਬਣ ਜੂਗੀ ਠੀਕ ਹੈ ਇਹ ਤੁਹਾਨੂੰ ਵੱਡਾ ਵਟਾ ਤੁਹਾਨੂੰ ਕੁਝ ਸਮਝਾਉਣ ਦੇ ਵਾਸਤੇ ਲਿਖਾਇਆ ਕਿ ਭਾਟੇ ਦਾ ਮਤਲਬ ਇਹ ਹੁੰਦਾ ਹੈਗਾ ਪਰ ਹੁਣ ਦੇਖੋ ਆਪਾਂ ਤੁਹਾਨੂੰ ਬਿਲਕੁਲ ਸਿੰਪਲ ਦੱਸਦੇ ਹਾਂ ਇਹਨੂੰ ਲਿਖ ਲਓ ਐਵੇਂ 1/2 ਆ ਜਿਹੜੀ ਵੰਡ ਸੀਗੀ ਵੰਡ ਨੂੰ ਲਿਖ ਦਿਓ ਗੁਣਾ ਗੁਣਾ ਆਪਾਂ ਫੇਰ ਲਿਖਾਂਗੇ ਕਿਉਂਕਿ ਇਹਨੂੰ ਪਲਟਾਣਾ ਹੈਗਾ ਆਪਾਂ ਨੇ ਦੇਖੋ 4/5 ਸੀਗਾ ਇਹਨੂੰ 5/4 ਕਰ ਦੋ ਬੰਡ ਦੀ ਥਾਂ ਤੇ ਗੁਣਾ ਕਰਤੀ ਤੇ ਦੂਜੇ ਵਾਲੇ ਨੂੰ ਆਪਾਂ ਨੇ ਪਲਟਾ ਕੇ ਲਿਖਤਾ 4/5 ਨੂੰ 5/4 ਲਿਖਤਾ ਬਸ ਫਿਰ ਹੁਣ ਆਪਣੇ ਕੋਲ ਗੁਣਾ ਬਣ ਗਿਆ ਆਪਾਂ ਹੋਰ ਕੀ ਚਾਹੁੰਦੇ ਸੀ ਇਹਨਾਂ ਦੀ ਸਾਹਮਣੇ ਵਾਲੇ ਦੀ ਕਰ ਦੋ ਆਪਸ ਤੇ ਵਿੱਚ ਗੁਣਾ 5 1 2 4 5/ 6 8 ਠੀਕ ਹੈ ਇਹ ਆਪਣਾ ਆਨਸਰ ਬਣ ਗਿਆ ਤਾਂ ਦੇਖੋ ਹੁਣ ਤਾਂ ਤੁਸੀਂ ਪਲਟਾ-ਪਲਟਾ ਕੇ ਮਾਰੋਗੇ ਸਾਰੇ ਸਵਾਲਾਂ ਨੂੰ ਇਹਦਾ ਬਣ ਗਿਆ 3/4 ਐਵੇਂ ਲਿਖ ਲਿਆ ਇਹ ਵੰਡ ਸੀ ਕਿ ਜਿਹੜੀ ਇਹਦੀ ਮਣਾ ਤੋਂ ਗੁਣਾ ਇਹਨੂੰ 5/6 ਨੂੰ 6/5 ਲਿਖ ਦਿਓ ਹੁਣ ਕੀ ਕਰੋਗੇ ਤੁਸੀਂ ਉਸ ਤੋਂ ਬਾਅਦ ਤੁਸੀਂ ਇਹ ਕਰ ਦੇਣੀ ਹੈਗੀ ਗੁਣਾ 6 3 18 5 2 ਇਸ ਤਰ੍ਹਾਂ ਤੁਸੀਂ ਲਿਖ ਸਕਦੇ ਹੋ ਤੇ ਇਸ ਤੋਂ ਬਾਅਦ ਇਸ ਨੂੰ ਸਿੰਪਲੈਸਟ ਫਾਰਮ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਇਹਨਾਂ ਦਾ ਅੱਧ ਕਰ ਦੋ ਜਾਂ ਕੀ ਦੇ ਪਹਾੜੇ ਦੇ ਵਿੱਚ ਜਾ ਰਹੇ ਨੇ ਤੁਸੀਂ ਇਸ ਨੂੰ ਲਿਖ ਸਕਦੇ ਹੋ ਇਹਦਾ ਅੱਧ ਇਹ 9 ਹੋ ਗਿਆ ਇਹਦਾ ਅੱਧ 10 ਹੋ ਗਿਆ 9/10 ਆਪਣਾ ਇਸ ਤਰ੍ਹਾਂ ਅਨਸਰ ਆ ਗਿਆ ਤਾਂ ਦੇਖੋ ਅੱਗੇ ਆਪਣਾ ਕੋਈ ਸਵਾਲ ਨਹੀਂ ਹੈ ਸੋ ਤੁਹਾਨੂੰ ਚਲੋ ਇੱਕ ਸਵਾਲ ਆਪਾਂ ਪਾ ਦਿੰਨੇ ਆ 7/8 ਭਾਗ ਹੈਗੀ ਇਹ 1/2 ਇਸ ਨੂੰ ਤੁਸੀਂ ਨੇ ਸੋਲਵ ਕਰਨਾ ਹੈਗਾ ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ ਸੋ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਕਰਨ ਦੇ ਲਈ ਦੇਖੋ ਕਿੰਨੇ ਸਵਾਲ ਆਪਾਂ ਨੇ ਦੱਸੇ ਨੇ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਨਹੀਂ ਕਰਦੇ ਕੋਈ ਬੱਚਾ ਹੀ ਕਰ ਦੇਣੇ ਆਨਸਰ ਠੀਕ ਹੈ ਸੋ ਤੁਹਾਨੂੰ ਸਾਰਿਆਂ ਨੂੰ ਹੀ ਚਾਹੀਦਾ ਹੈ ਕਿ ਸਾਰੇ ਬੱਚੇ ਹੀ ਕਮੈਂਟ ਬਾਕਸ ਦੇ ਵਿੱਚ ਆਪਣਾ ਆਨਸਰ ਦੇਣਾ ਸੋ ਤੁਹਾਨੂੰ ਕਲਾਸ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਆਪਣੇ ਦੋਸਤਾਂ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਕੱਲ ਨੂੰ ਆਪਾਂ ਇਹਨਾਂ ਵਟਿਆਂ ਦੇ ਵਿੱਚ ਕੰਪੇਅਰ ਪਤਾ ਕਰਾਂਗੇ ਕੰਪੇਅਰ ਕਰਾਂਗੇ ਵੀ ਕਿਹੜੀ ਇਹਨਾਂ ਦੇ ਵਿੱਚੋਂ ਸੰਖਿਆ ਵੱਡੀ ਹੈ ਕਿਹੜੀ ਛੋਟੀ ਹੈ ਇਸ ਤਰ੍ਹਾਂ ਤੁਹਾਨੂੰ ਸੀਰੀਜ਼ ਵਿੱਚ ਆਉਣੀਆਂ ਪੇਪਰ ਦੇ ਵਿੱਚ ਠੀਕ ਹੈ ਜੀ ਡੇਲੀ ਕਲਾਸ ਦੇ ਵਿੱਚ ਤੁਸੀਂ ਭਾਗ ਲਿਆ ਕਰੋ ਤੇ ਨਾਲ ਹੀ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਨੋਟਬੁੱਕ ਲੈ ਕੇ ਨਾਲ ਬੈਠਿਆ ਕਰੋ ਠੀਕ ਹੈ ਜੀ ਤੇ ਉਸ ਦੇ ਵਿੱਚ ਇੰਪੋਰਟੈਂਟ ਜੋ ਆਪਾਂ ਫਾਰਮੂਲਾ ਕੁਝ ਵੀ ਦੱਸਦੇ ਹਾਂ ਉਹਨੂੰ ਨੋਟ ਕਰਿਆ ਕਰੋ ਤੁਸੀਂ ਤੇ ਨਾਲ ਹੀ ਆਪਣੀ ਇਸ ਕਲਾਸ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਦੇ ਤੱਕ ਜ਼ਰੂਰ ਪਹੁੰਚ ਸਕੇ ਠੀਕ ਹੈ ਜੀ ਪੰਜਾਬ ਜੀ ਕੇ ਦੀ ਜੋ ਆਪਣੀ ਸੀਰੀਜ਼ ਜੀ ਸਟਾਰਟ ਕੀਤੀ ਹੋਈ ਆ ਉਸ ਤੇ ਵਿੱਚ ਵੀ ਤੁਸੀਂ ਪਲੇਲਿਸਟ ਨੂੰ ਜਾ ਕੇ ਸਾਰੀਆਂ ਨੂੰ ਦੇਖ ਲੈਣੇ ਪਹਿਲੀ ਕਲਾਸ ਤੋਂ ਲੈ ਕੇ ਸਾਰੀਆਂ ਕਲਾਸਾਂ ਜ਼ਰੂਰ ਦੇਖੋ ਸੋ ਹੁਣ ਤੱਕ ਵੀਡੀਓ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ